द वे फॉरवर्ड इज ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅਸੀਂ ਪਿਛਲੇ ਹਫਤੇ ਗੱਲ ਸ਼ੁਰੂ ਕੀਤੀ ਸੀ ਜੋ ਇੱਥੇ ਦੋ ਮੇਨ ਪੋਲੀਟੀਕਲ ਆਈਡੀਓਲੋਜੀਜ਼ ਹਨ ਕੰਜ਼ਰਵੇਟਿਵ ਔਰ ਲਿਬਰਲਿਜ਼ਮ ਉਹਨਾਂ ਦੇ ਡਿਫਰੈਂਸਿਸ ਉਹਨਾਂ ਦੀ ਪਾਰਟੀਜ਼ ਜੋ ਉਹਨਾਂ ਨੂੰ ਰਿਪ੍ਰੈਜੈਂਟ ਕਰਦੀਆਂ ਹਨ ਦ ਰਿਪਬਲਿਕਨ ਪਾਰਟੀ ਐਂਡ ਦ ਡੈਮੋਕ੍ਰੈਟਿਕ ਪਾਰਟੀ ਉਹਨਾਂ ਦੀ ਇਸ਼ੂਜ਼ ਨੂੰ ਲੈ ਕੇ ਕੀ ਪੋਲਿਸੀਜ਼ ਹਨ ਕੀ ਉਹਨਾਂ ਦੀ ਵੈਲਿਊਜ਼ ਹਨ ਅੱਜ ਸਾਡੇ ਵਿੱਚ ਫਿਰ ਸ਼ਾਮਿਲ ਹਨ ਲਿਬਰਲ ਵਿਊ ਨੂੰ ਰਿਪ੍ਰੈਜੈਂਟ ਕਰਦੇ ਹੋਏ ਸ਼੍ਰੀ ਜੋਤਪ੍ਰੀਤ ਸਿੰਘ ਸਾਹੀ ਜੀ ਔਰ ਕੰਜ਼ਰਵੇਟਿਵ ਵਿਊ ਨੂੰ ਰਿਪ੍ਰੈਜੈਂਟ ਕਰਦੇ ਹੋਏ ਸ਼੍ਰੀ ਇੰਦਰਜੀਤ ਸਿੰਘ ਕਾਲੇ ਰਾਏ ਜੀ ਜੋਤਪ੍ਰੀਤ ਜੀ ਇੰਦਰਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਤੁਹਾਡਾ ਹਰਜੋਤ ਸਿੰਘ ਜੀ ਤੇ ਆਈ ਐਮ ਲੁਕਿੰਗ ਫਾਰਵਰਡ ਟੂ ਦਿਸ ਡਿਸਕਸ਼ਨ ਅਗੇਨ ਜੀ 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 ਅਸੀਂ ਪਿਛਲੇ ਹਫਤੇ ਕੁਛ ਏਰੀਆਜ਼ ਕਵਰ ਕੀਤੇ ਸਨ ਜਿਸ ਦੇ ਵਿੱਚ ਇਕਨੋਮਿਕ ਪੋਲਿਸੀਜ਼ ਵੈਲਫੇਅਰ ਅਸੀਂ ਗਨ ਕੰਟਰੋਲ ਦੀ ਗੱਲ ਕੀਤੀ ਸੀ ਅੱਜ ਅਸੀਂ ਇੱਕ ਹੋਰ ਇਸ਼ੂ ਦੀ ਗੱਲ ਕਰਾਂਗੇ ਜੋ ਉਨਾ ਹੀ ਡਿਵਾਈਸਿਵ ਹੈ ਜਿੰਨਾ ਕਿ ਵੈਲਫੇਅਰ ਐਂਡ ਗਨਸ ਇਹ ਇਸ਼ੂ ਹੈਗਾ ਐਬੋਰਸ਼ਨ ਦਾ ਕੰਟਰੀ ਇਸਦੇ ਵਿੱਚ ਇਕੁਅਲੀ ਡਿਵਾਈਡਿਡ ਹੈ 50% ਅਰਾਊਂਡ ਲੋਕ ਮੰਨਦੇ ਨੇ ਕਿ ਜਿਹੜਾ ਐਬੋਰਸ਼ਨ ਹੈ ਉਹ ਨਹੀਂ ਹੋਣਾ ਚਾਹੀਦਾ ਜਾਂ ਬੜਾ ਰਿਸਟ੍ਰਿਕਟਿਡ ਹੋਣਾ ਚਾਹੀਦਾ ਔਰ ਅਰਾਊਂਡ ਦ ਸੇਮ ਪਰਸੈਂਟ ਆਫ ਪਾਪੂਲੇਸ਼ਨ 1-2% ਜ਼ਿਆਦਾ ਜੋ ਇਹ ਮੰਨਦੇ ਨੇ ਕਿ ਜਿਹੜੀ ਇੱਕ ਵਿਮਨ ਹੈ ਉਸਨੂੰ ਰਾਈਟ ਹੈ ਇਹ ਡਿਸਾਈਡ ਕਰਨ ਦਾ ਕਿ ਕਦ ਉਹ ਇੱਕ ਬੱਚੇ ਨੂੰ ਜਨਮ ਦੇਣ ਨੂੰ ਤਿਆਰ ਹੈ ਇਸ ਡਿਬੇਟ ਵਿੱਚ ਲੀਗਲ ਮੋਰਲ ਰਿਲੀਜੀਅਸ ਵੈਲਿਊਜ਼ ਇਨਵੋਲਵਡ ਹਨ ਔਰ ਜਿਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਦੋਨੋਂ ਸਾਈਡ 'ਤੇ ਬੜਾ ਸਟਾਰਕ ਡਿਫਰੈਂਸ ਹੈ ਮੈਂ ਥੋੜ੍ਹਾ ਜਿਹਾ ਤੁਹਾਨੂੰ ਬੈਕਗਰਾਊਂਡ ਇਸ ਇਸ਼ੂ ਦਾ ਦੱਸਾਂ ਇਸਦੇ ਵਿੱਚ ਜਿਹੜਾ ਕੰਟਰੋਲਿੰਗ ਲਾਅ ਹੈ ਉਹ ਇੱਕ 1972 ਦਾ ਸੁਪਰੀਮ ਕੋਰਟ ਦਾ ਜਜਮੈਂਟ ਹੈ ਰੋ ਵਰਸਿਸ ਵੇਡ ਕਹਿੰਦੇ ਨੇ ਉਸਨੂੰ ਰੋ ਵਰਸਿਸ ਵੇਡ ਵਿੱਚ ਇਹ ਮੰਨਿਆ ਗਿਆ ਕਿ ਜਿਹੜੀ ਇੱਕ ਔਰਤ ਹੈ ਜਿਸ ਨੇ ਆਪਣੀ ਗਰਭ ਤੋਂ ਬੱਚੇ ਨੂੰ ਜਨਮ ਦੇਣਾ ਉਸਦਾ ਪ੍ਰਾਈਵੇਸੀ ਰਾਈਟ ਹੈ ਇਹ ਡਿਸਾਈਡ ਕਰਨਾ ਕਿ ਉਹ ਕਦ ਜਨਮ ਦੇਣਾ ਚਾਹੁੰਦੀ ਹੈ ਇਸ ਕਰਕੇ ਉਸਦਾ ਰਾਈਟ ਹੈ ਕਿ ਉਹ ਅਗਰ ਐਬੋਰਸ਼ਨ ਕਰਨਾ ਚਾਹੇ ਤਾਂ ਸ਼ੀ ਹੈਜ਼ ਅ ਪ੍ਰਾਈਵੇਸੀ ਰਾਈਟ ਵਿਚ ਇਜ਼ ਪ੍ਰੋਟੈਕਟਿਡ ਬਾਏ ਦਾ ਕੋਨਸਟੀਟਿਊਸ਼ਨ ਕੋਰਟ ਨੇ ਕਿਹਾ ਕਿ 3 trimesters ਵਿੱਚ ਉਹਨਾਂ ਨੇ ਰਿਕਗਨਾਈਜ਼ ਕੀਤਾ ਪਹਿਲੇ 3 ਮਹੀਨੇ ਦੂਜੇ 3 ਮਹੀਨੇ ਤੀਜੇ 3 ਮਹੀਨੇ ਪਹਿਲੇ 3 ਮਹੀਨੇ 'ਚ ਉਹਨਾਂ ਨੇ ਕਿਹਾ ਕਿ ਬਈ ਜਿਹੜੀ ਕੋਰਟ ਹੈ ਜਾਂ ਗਵਰਨਮੈਂਟ ਹੈ ਉਸਦੀ ਕੋਈ ਇੰਟਰਫੇਰੈਂਸ ਨਹੀਂ ਉਹ ਇੱਕ ਔਰਤ ਦਾ ਪੂਰਾ ਹੱਕ ਹੈ ਅਗਰ ਉਹ ਐਬੋਰਸ਼ਨ ਕਰਨਾ ਚਾਹੇ ਸੈਕਿੰਡ ਜਿਹੜੀ ਟ੍ਰਾਈ ਸਮੈਸਟਰ ਹੈ ਉਸਦੇ ਵਿੱਚ ਕੁਛ ਰੈਗੂਲੇਸ਼ਨ ਹੈ ਕਿ ਕਿਸ ਕੰਡੀਸ਼ਨ ਵਿੱਚ ਫੀਟਸ ਹੈ ਔਰ ਕਿਸ ਕੰਡੀਸ਼ਨ ਵਿੱਚ ਮਾਂ ਹੈ ਔਰ ਜਿਹੜੀ ਥਰਡ ਟ੍ਰਾਈ ਸਮੈਸਟਰ ਹੈ ਉਸਦੇ ਵਿੱਚ ਬੜੀ ਹੀ ਸਟ੍ਰਿਕਟ ਗਵਰਨਮੈਂਟ ਦੀ ਪੋਲਿਸੀ ਗਵਰਨਮੈਂਟ ਦਾ ਕੰਟਰੋਲ ਕਿ ਔਰਤ ਦਾ ਜਿਹੜਾ ਉਸਦੇ 'ਚ ਰਾਈਟ ਹੈ ਉਹ ਬਹੁਤ ਘੱਟ ਜਾਂਦਾ ਹੈ ਔਰ ਇਸ ਡਿਬੇਟ 'ਚ ਉਹ ਰਾਈਟਸ ਕਿਸ ਦਿਨ ਕਈ ਲੋਕ ਆਰਗਿਊ ਕਰਦੇ ਨੇ ਕਿ ਉਹ ਜਿਹੜਾ ਜੀ ਹੈ ਗਰਭ ਵਿੱਚ ਉਸਦੇ ਆਪਣੇ ਰਾਈਟ ਹਨ ਕਿਆ ਤੁਸੀਂ ਇੱਕ ਪੇਰੈਂਟ ਉਸਨੂੰ ਮਾਰਨ ਦੀ ਖਤਮ ਕਰਨ ਦੀ ਡਿਸੀਜਨ ਆਪਣੇ ਲੈਵਲ 'ਤੇ ਲੈ ਸਕਦੇ ਨੇ ਕਈ ਕਹਿੰਦੇ ਨੇ ਕਿ ਨਹੀਂ ਜੀ ਸਿਰਫ ਔਰਤ ਦਾ ਰਾਈਟ ਹੈ ਔਰ ਕਈ ਕਹਿੰਦੇ ਨੇ ਸੁਸਾਇਟੀ ਦਾ ਰਾਈਟ ਹੈ ਜਿਵੇਂ ਜੋ ਵਲਨਰੇਬਲ ਹਨ ਜੋ ਵੀਕ ਹਨ ਸੁਸਾਇਟੀ ਵਿੱਚ ਉਹਨਾਂ ਨੂੰ ਬਚਾਉਣ ਦਾ ਜਿਹੜਾ ਰਾਈਟ ਹੈ ਉਹ ਸੁਸਾਇਟੀ ਦਾ ਰਾਈਟ ਹੈ ਸੁਸਾਇਟੀ ਦੀ ਡਿਊਟੀ ਹੈ ਇਹ ਡਿਬੇਟ ਹੈ ਬੜੀ ਇੱਕ ਕੰਟੈਂਸ਼ੀਅਸ ਡਿਬੇਟ ਹੈ ਬੜੀ ਡਿਫਿਕਲਟ ਡਿਬੇਟ ਹੈ ਜੋ ਐਬੋਰਸ਼ਨ ਰਾਈਟਸ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਪ੍ਰੋ ਚੋਇਸ ਕਿਹਾ ਜਾਂਦਾ ਹੈ ਜੋ ਇਸਨੂੰ ਅਪੋਜ਼ ਕਰਦੇ ਨੇ ਉਹਨਾਂ ਨੂੰ ਇਸ ਕੰਟਰੀ 'ਚ ਪ੍ਰੋ ਲਾਈਫ ਕਿਹਾ ਜਾਂਦਾ ਹੈ ਅੱਜ ਅਸੀਂ ਜਾਣਾਂਗੇ ਜੋਤਪ੍ਰੀਤ ਜੀ ਤੋਂ ਔਰ ਇੰਦਰਜੀਤ ਸਿੰਘ ਕਾਲੇ ਰਾਏ ਜੀ ਤੋਂ ਕਿ ਜਿਹੜੀ ਪੋਲੀਟੀਕਲ ਪਾਰਟੀਜ਼ ਹਨ ਉਹ ਇਸ ਇਸ਼ੂ ਨੂੰ ਕਿਵੇਂ ਸਮਝਦੀਆਂ ਔਰ ਉਹਨਾਂ ਦਾ ਇਸਦੇ ਉੱਪਰ ਕੀ ਸਟੈਂਸ ਹੈ ਜੋਤਪ੍ਰੀਤ ਜੀ ਮੈਂ ਸਭ ਤੋਂ ਪਹਿਲੇ ਤੁਹਾਨੂੰ ਪੁੱਛਣਾ ਚਾਹਾਂਗਾ ਪਰਟੀਕੁਲਰਲੀ ਤੁਸੀਂ ਮੈਡੀਕਲ ਫੀਲਡ ਤੋਂ ਵੀ ਆਉਂਦੇ ਹੋ ਅਸੀਂ ਤੁਹਾਨੂੰ ਦੱਸਿਆ ਕਿ ਜੋਤਪ੍ਰੀਤ ਜੀ ਇਜ਼ ਅ ਫਿਜ਼ੀਸ਼ੀਅਨ ਜੋਤਪ੍ਰੀਤ ਜੀ ਤੁਸੀਂ ਕਿਵੇਂ ਦੇਖਦੇ ਹੋ ਐਬੋਰਸ਼ਨ ਦੇ ਇਸ਼ੂਜ਼ ਨੂੰ ਸੋ ਫਸਟ ਐਂਡ ਫੋਰਮੋਸਟ ਦੇਖੋ ਜੀ ਅਬੋਰਸ਼ਨ ਜਿਹੜਾ ਹੈ ਇਟਸ ਅ ਮੈਡੀਕਲ ਪ੍ਰੋਸੀਜਰ ਜੀ ਠੀਕ ਹੈ ਜੀ ਇਟਸ ਅ ਮੈਡੀਕਲ ਪ੍ਰੋਸੀਜਰ ਦੈਟ ਇਜ਼ ਮਿਊਚੁਅਲੀ ਅਗਰੀਡ ਅਪਾਨ
between the physician mm-hmm. and the patient. Ji. The first thing, we believe that government should not have any right to interfere in that. I think Inderjit Kali Rai Paji, who is also very pro-limited government, mm-hmm. might also agree that government should not ever interfere in the healthcare decision. Mm-hmm. The physician can recommend an abortion based on the health condition of the fetus, ke bhrun di sehat kidda hai, je unna de vich koi kamzori hai ja kidda, te je mother di jaan nu ja sehat nu koi khatra hai. Ji. Dooji scenario hunda hai jide vich ਮਾਂ ਜਿਹੜੀ ਹੈ ਉਹ ਚਾਹੁੰਦੀ ਹੁੰਦੀ ਹੈ ਕਿ ਬਈ ਮੈਂ ਅਬੋਰਸ਼ਨ, ਮੈਨੂੰ ਅਬੋਰਸ਼ਨ ਚਾਹੀਦਾ ਅਤੇ ਉਹਦੇ ਵਿੱਚ ਵੀ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਆਪਣੇ ਐਕਸਪੀਰੀਅੰਸ ਤੋਂ ਕਿ ਕੋਈ ਵੀ ਜਿਹੜੀ ਹੈਗੀ ਹੈ ਕਿ ਫੀਮੇਲ ਜਿਹੜੀ ਹੈ ਇਸ ਡਿਸੀਜਨ ਨੂੰ ਲਾਈਟਲੀ ਨਹੀਂ ਲੈਂਦੀ, ਬੜਾ ਸੌਖਾ ਡਿਸੀਜਨ ਨਹੀਂ ਹੈ ਸੋ ਲੋਟ ਆਫ ਟਾਈਮ ਕਿ ਜਿਹੜਾ ਕੰਜ਼ਰਵੇਟਿਵ ਸਾਈਡ ਹੈ ਉਹਦੇ ਵੱਲੋਂ ਇੱਦਾਂ ਕਿਹਾ ਜਾਂਦਾ ਕਿ ਬਈ ਇਟਸ ਲਾਈਕ ਕਿ ਜੀ ਇਹ ਨਾ ਇਸ ਤਰ੍ਹਾਂ ਸ਼ੋਅ ਕੀਤਾ ਜਾਂਦਾ ਕਿ ਇਹ ਕੋਈ ਆਪਣੇ ਫਨ ਲਈ ਕਰ ਰਿਹਾ ਜੀ ਜੀ ਅਸੀਂ ਇਸ ਫਨ ਨੂੰ ਰੋਕਣਾ ਚਾਹੁੰਦੇ ਹਾਂ ਪਰ ਨਹੀਂ ਕੋਈ ਵੀ ਇਹੋ ਜਿਹਾ ਡਿਸੀਜਨ ਜਿਹੜਾ ਆ ਕੋਈ ਵੀ ਔਰਤ ਜਿਹੜੀ ਆ ਇਸ ਨੂੰ ਲਾਈਟਲੀ ਨਹੀਂ ਲੈਂਦੀ ਇਹ ਇੱਕ ਬਹੁਤ ਹੀ ਔਖਾ ਡਿਸੀਜਨ ਹੈ ਤੇ ਇਹ ਜਿਹੜਾ ਡਿਸੀਜਨ ਹੈ ਉਹਨਾਂ ਨਾਲ ਕਈਆਂ ਦੇ ਨਾਲ ਸਾਰੀ ਸਾਰੀ ਉਮਰ ਤੱਕ ਉਹਨਾਂ ਨਾਲ ਰਹਿੰਦਾ ਜੀ ਤੇ ਜਿਸ ਪਾਸੇ ਨੂੰ ਵੀ ਉਹ ਡਿਸੀਜਨ ਲਿਆ ਜਾਵੇ ਸਾਰੀ ਉਮਰ ਨਾਲ ਹੀ ਉਹਨਾਂ ਦੇ ਨਾਲ ਰਹਿੰਦਾ ਹੈ ਸੋ ਇਸ ਡਿਸੀਜਨ ਨੂੰ ਕਦੇ ਵੀ ਉਹਨਾਂ ਨੇ ਲਾਈਟਲੀ ਨਹੀਂ ਲਿਆ ਅਤੇ ਜਦੋਂ ਵੀ ਲਿਆ ਆ ਕਾਫੀ ਵਾਰ ਜਿਹੜਾ ਹੈ ਇਹ ਸਮਾਜਿਕ ਜਾਂ ਆਰਥਿਕ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖ ਕੇ ਲਿਆ ਜਾਂਦਾ ਠੀਕ ਹੈ ਜੀ ਹੁਣ ਸਮਾਜਿਕ ਮੁਸ਼ਕਲਾਂ ਦੇ ਵਿੱਚ ਹੁਣ ਕਈ ਵਾਰੀ ਅਣਵਿਆਹੀਆਂ ਮਾਵਾਂ ਆ ਜਾਂਦੀਆਂ ਨੇ ਜੀ ਠੀਕ ਹੈ ਜੀ ਉਹਨਾਂ ਦੇ ਲਈ ਕਿਉਂਕਿ ਸਮਾਜ ਨੇ ਸਾਡੇ ਨੇ ਉਹਨਾਂ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ ਤਾਂ ਉਹ ਇਸ ਨੂੰ ਅਵੋਇਡ ਕਰਨਾ ਚਾਹੁੰਦੀਆਂ ਨੇ ਜੀ ਦੂਸਰੇ ਪਾਸੇ ਆਰਥਿਕ ਹਾਲਾਤਾਂ ਦੀ ਵੀ ਗੱਲ ਹੈ ਫਿਰ ਇਸ ਦੇ ਨਾਲ ਨਾਲ ਕੁਝ ਲੋਕ ਆਪਣੇ ਪਰਿਵਾਰ ਦਾ ਸਾਈਜ਼ ਵੱਡਾ ਨਹੀਂ ਕਰਨਾ ਚਾਹੁੰਦੇ ਜਿੰਨਾ ਹੈ ਓਨਾ ਹੀ ਰੱਖਣਾ ਚਾਹੁੰਦੇ ਨੇ ਤੇ ਇਹ ਸਾਡੇ ਹਿਸਾਬ ਨਾਲ ਉਹਨਾਂ ਦਾ ਇਹ ਹੱਕ ਹੈ ਕਿ ਉਹ ਆਪਣੇ ਪਰਿਵਾਰ ਦਾ ਸਾਈਜ਼ ਕਿੱਦਾਂ ਰੱਖਣਾ ਚਾਹੁੰਦੇ ਨੇ ਤੇ ਸਰਕਾਰ ਨੂੰ ਉਹਦੇ ਵਿੱਚ ਕੋਈ ਦਖਲ ਦੇਣ ਦੀ ਲੋੜ ਨਹੀਂ ਜੀ ਠੀਕ ਹੈ ਹੁਣ ਜਿੱਥੋਂ ਇਹ ਗੱਲ ਕਰਦੇ ਨੇ ਕਿ ਭਾਈ ਉਹਦੇ ਫੀਟਸ ਦੇ ਵੀ ਹੱਕ ਹੈਗੇ ਨੇ ਜੀ ਪਰ ਜੇ ਦੇਖਿਆ ਜਾਏ ਕਿ ਜੇ ਫੀਟਸ ਦੇ ਹੱਕ ਹੈਗੇ ਨੇ ਤਾਂ ਕੱਲ ਨੂੰ ਫੀਟਸ ਇਹ ਵੀ ਕਹਿ ਸਕਦਾ ਕਿ ਭਾਈ ਹੁਣ ਜਿਹੜੇ ਤੁਸੀਂ ਦੂਸਰੇ ਹੈ ਆਪਣੇ ਜਿਹੜੇ ਦੂਸਰੇ ਜਿਸਨੂੰ ਆਪਾਂ ਕਹਿ ਸਕਦੇ ਟੈਸਟ ਟਿਊਬ ਬੇਬੀਜ਼ ਔਰ ਪ੍ਰੈਗਨੈਂਸੀਜ਼ ਜਿਹੜੀਆਂ ਵਿਦ ਦਾ ਹੈਲਪ ਆਫ ਸਾਇੰਸ ਵਿਚ ਵਰ ਅਦਰਵਾਈਜ਼ ਨਾਟ ਅਦਰਵਾਈਜ਼ ਪਾਸਿਬਲ ਨਾਓ ਵਾਟ ਇਫ ਦਾ ਫੀਟਸ ਕਮਸ ਅਪ ਦਾ ਬੇਬੀ ਕਮਸ ਟੁਮਾਰੋ ਗਰੋਜ਼ ਅਪ ਐਂਡ ਸੂਜ਼ ਯੂ ਐਂਡ ਸੇਜ਼ ਵਾਈ ਵਾਜ਼ ਆਈ ਗਿਵਨ ਬਰਥ ਇਫ ਯੂ ਡਿਡਨਟ ਹੈਡ ਆਲ ਦਾ ਰਿਸੋਰਸਿਸ ਠੀਕ ਹੈ ਨਾ ਸੋ ਜੇ ਉਹਨਾਂ ਦੇ ਹੱਕ ਨੇ ਤੇ ਦੂਸਰੇ ਪਾਸੇ ਜਿਹੜੇ ਬੱਚੇ ਜੰਮੇ ਨੇ ਉਹਨਾਂ ਦੇ ਵੀ ਹੱਕ ਨੇ ਵੀ ਡੋਂਟ ਗਿਵ ਦੈਮ full facilities, we refuse to give them education, we refuse to provide them food, mm-hmm. but we force them to be given birth. Mm-hmm. So why don't we talk about those parts as well? Ji. Inderjit ji, tushi ki kehna chahoge? Actually, jo Vir ji ne kya hai ga, do tan chijja inna niya theek hai gya hai. Ji. Pe jadi mata di health hai gya, o di consideration honi chahi di hai. ਜੇ ਕੋਈ ਬੱਚੇ ਦੀ ਮੈਡੀਕਲ ਇਸ਼ੂ ਹੈਗੀ ਆ ਉਹਦੀ ਕੰਸਿਡਰੇਸ਼ਨ ਹੋਣੀ ਚਾਹੀਦੀ ਹੈ ਪਰ ਇਹ ਜ਼ਿਆਦਾ ਆ ਜਾਂਦੇ ਆ ਵੀ ਅਣਵਿਆਹੀਆਂ ਮਾਵਾਂ ਔਰ ਆਪਣੇ ਪਰਿਵਾਰ ਦਾ ਸਾਈਜ਼ ਉਹਦੇ ਹੱਲ ਹੈਗੇ ਨੇ ਅੱਜ ਤੋਂ 50-60 ਸਾਲ ਪਹਿਲੇ ਨਹੀਂ ਹੋਊਗੇ ਪਰ ਅੱਜ ਮੈਡੀਕਲੀ ਔਰ ਪ੍ਰਸਕ੍ਰਿਪਸ਼ਨ ਰਾਹ ਉਹ ਹੱਲ ਹੈਗੇ ਨੇ ਜੀ ਜੇ ਹੁਣ ਉਹ ਸੋਸ਼ਲ ਇਸ਼ੂਸ 'ਤੇ ਆਉਣੇ ਆ ਜੀ ਤਾਂ ਉਹਨਾਂ ਦੇ ਕੋਲ ਪ੍ਰੀਵੈਂਸ਼ਨ ਮੈਥਡਸ ਪਹਿਲੇ ਹੀ ਹੈਗੇ ਆ ਜੀ ਅਤੇ ਦੂਸਰੇ ਜਿਹੜੇ ਹੈਗੇ ਨੇ ਹੁਣ ਧਾਰਮਿਕ ਤੌਰ 'ਤੇ ਜਾਂਦੇ ਆ ਗੁਰਬਾਣੀ ਦੇ ਵਿੱਚ ਆਪਣੀ ਕਈ ਵਾਰੀ ਲਿਖਿਆ ਹੈਗਾ ਮਾਤਾ ਪਿਤਾ ਔਰ ਬੱਚੇ ਨੂੰ ਗਰਭ ਦੇ ਵਿੱਚ ਮੈਂ ਹੁਣ ਗਿਆਨੀ ਤਾਂ ਨਹੀਂ ਹੈ ਲੇਕਿਨ ਮਹਾਰਾਜ ਦੀ ਬੀਟ ਦੇ ਵਿੱਚ ਕਈ ਦਫ਼ਾ ਆਉਂਦਾ ਹੈਗਾ ਅਤੇ ਉਹ ਲਾਈਫ ਕਿਸ ਤਰ੍ਹਾਂ ਹੈਗਾ ਉਹ ਕਿਸ ਤਰ੍ਹਾਂ ਬੱਚਾ ਕੱਟਦਾ ਹੈਗਾ ਉਹਨਾਂ ਨੇ ਪਹਿਲਾਂ ਤੋਂ ਕਿਹਾ ਹੈਗਾ ਵੀ ਉਹ ਲਾਈਫ ਜਿਹੜੀ ਆ ਜਿਹੜੀ ਜਾਨ ਆ ਉਹ ਕਨਸੈਪਸ਼ਨ ਤੋਂ ਚਾਲੂ ਹੋ ਜਾਂਦੀ ਹੈ ਇਸ਼ੂ ਇਹ ਨਹੀਂ ਹੈ ਵੀ ਬੱਚੇ ਦਾ ਕਿਸ ਤਰ੍ਹਾਂ ਹੈਗਾ ਉਹਦੇ ਰਾਈਟਸ ਦਾ ਇਸ਼ੂ ਹੈਗਾ ਲਾਈਫ ਦਾ ਸਿੱਖਿਜ਼ਮ ਦੇ ਹਿਸਾਬ ਨਾਲ ਔਰ ਹੋਰਨਾਂ ਧਰਮਾਂ ਦੇ ਹਿਸਾਬ ਨਾਲ ਇਹ ਨਹੀਂ ਹੈਗਾ ਵੀ ਕਿਸੇ ਜਾਨ ਨੂੰ ਤੁਸੀਂ ਖਤਮ ਕਰ ਦਿਓ ਉਹ ਸਾਡਾ ਹੱਕ ਨਹੀਂ ਬਣਦਾ ਹੈਗਾ ਬਟ ਜਿਹੜੇ ਨੈਚੁਰਲ ਅਬੋਰਸ਼ਨਸ ਵੀ ਹੋ ਜਾਂਦੇ ਆ ਆਪਾਂ ਉਹਨਾਂ ਨੂੰ ਮਿਸਕੈਰੇਜ ਕਹਿੰਦੇ ਨੇ ਉਹ ਨੈਚੁਰਲ ਹੋ ਜਾਂਦੇ ਨੇ
ਬੱਚੇ ਦੀ ਹੈਲਥ ਆ ਚਾਹੇ ਹੋਰ ਕੋਈ ਕੰਡੀਸ਼ਨ ਆ ਜਾਂਦਾ ਉਹ ਸਾਰਾ ਕੁਝ ਹੋ ਜਾਂਦਾ। ਇਹ ਇਸ਼ੂ ਹੈਗਾ ਅਬੋਰਸ਼ਨ ਦਾ। ਅਬੋਰਸ਼ਨ ਆਪਣੀ ਮਰਜ਼ੀ ਨਾਲ ਕਰਾਇਆ ਜਾਂਦਾ ਔਰ ਆਪਣੇ ਹਾਲਾਤ ਦੇ ਹਿਸਾਬ ਨਾਲ ਕਰਾਇਆ ਜਾਂਦਾ। ਜਿਹੜੀਆਂ ਦੋ ਚੀਜ਼ਾਂ ਦੇ ਵਿੱਚ ਸਾਰੀ ਕਮਿਊਨਿਟੀ ਸਹਿਮਤ ਹੀ ਹੈਗੀ ਆ ਵੀ ਅਬੋਰਸ਼ਨ ਮੈਡੀਕਲੀ ਅੱਜ ਕੱਲ੍ਹ ਪੋਸੀਬਲ ਹੈਗਾ, ਉਹ ਇਹਨਾਂ ਹਾਲਾਤਾਂ 'ਚ ਹੋ ਸਕਦਾ ਕਰਕੇ ਉਹ ਸਿੰਪਲੀ ਹੈਗੀਆਂ ਰੇਪ ਔਰ ਇਨਸੈਸਟ। ਜੇ ਬਿਨਾਂ ਆਪਣੀ ਮਰਜ਼ੀ ਤੇ ਜ਼ਬਰਦਸਤੀ ਕਿਸੇ ਤਰ੍ਹਾਂ ਵੀ, ਚਾਹੇ ਉਹ ਪਰਿਵਾਰਕ ਤੌਰ ਤੇ ਜ਼ਬਰਦਸਤੀ ਹੋਈ ਹੈ, ਚਾਹੇ ਉਹ ਕਿਸੇ ਹਾਲਾਤ ਕਰਕੇ ਜ਼ਬਰਦਸਤੀ ਹੋਈ ਹੈ, ਉਹਨਾਂ ਸਿਚੁਏਸ਼ਨਸ ਦੇ ਵਿੱਚ ਜਿਹੜੀ ਮਾਂ ਆ ਔਰਤ ਆ ਉਹ ਜੇ ਚਾਹੇ ਵੀ ਮੇਰੀ ਜ਼ਿੰਦਗੀ ਇੱਦਾਂ ਨਹੀਂ ਚੱਲ ਸਕਦੀ, ਇਹ ਜੋ ਹੋ ਗਿਆ ਇਹ ਗਲਤ ਸੀ, ਬਿਲਕੁਲ ਹੀ ਗਲਤ ਸੀ, ਉਸ ਟਾਈਮ ਤੇ ਉਹ ਜੇ ਇਹ ਆਪਣਾ ਫੈਸਲਾ ਮਨਾਉਣਾ ਮੰਨਦੀ ਹੈ ਤੇ ਜ਼ਰੂਰ ਉਹ ਮਨਾ ਸਕਦੀ ਹੈ। ਉਹਦੇ ਵਿੱਚ ਕੋਈ ਇੱਦਾਂ ਅਸੀਂ ਖਿਲਾਫ਼ ਨਹੀਂ ਹੈ, ਮੈਂ ਨਹੀਂ ਖਿਲਾਫ਼ ਹੈਗਾ, ਉਹਨਾਂ ਦੋ ਟਾਈਮਸ ਤੇ ਉਹ ਪੂਰਾ ਹੱਕ ਹੋਣਾ ਚਾਹੀਦਾ। ਪਰ ਜਿਹੜੇ ਬਾਕੀ ਦੇ ਸਿਚੁਏਸ਼ਨਸ ਹੈਗੇ ਨੇ ਉਹਦੇ ਵਿੱਚ ਸਾਰੇ ਹੱਲ ਹੈਗੇ ਨੇ ਪ੍ਰੀਵੈਂਸ਼ਨ ਦੇ। ਜੇ ਪਰਿਵਾਰ ਤੁਸੀਂ ਨਹੀਂ ਵਧਾਉਣਾ ਹੈਗਾ, ਆਪਣੇ ਫਿਜ਼ੀਸ਼ੀਅਨ ਨਾਲ ਗੱਲ ਕਰੋ, ਉਹਨਾਂ 'ਤੇ ਪਿੱਲ ਲੈ ਲਓ, ਔਰ ਪਿੱਲ ਨਹੀਂ ਲੈਣੀ, ਦੂਸਰੇ ਵੀ ਆਪਸ਼ਨਸ ਹੈਗੇ ਨੇ ਉਹਨਾਂ ਨੂੰ ਵਰਤੋ। ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਬੱਚਾ ਲਿਆ ਕੇ ਫਿਰ ਉਹਨੂੰ ਅਬੋਰਟ ਕਰਨਾ, ਦੈਟ ਇਜ਼ ਨੋਟ ਰਾਈਟ। ਓਕੇ ਇੰਦਰਜੀਤ ਜੀ, ਸਭ ਤੋਂ ਪਹਿਲੀ ਜਿਹੜੀ ਮੈਂ ਗੱਲ ਕਹਿਣਾ ਚਾਹਾਂਗਾ, ਮੈਂ ਅਪੋਲੋਜਾਈਜ਼ ਕਰਨਾ ਚਾਹਾਂਗਾ ਆਪਣੀ ਫੀਮੇਲ ਵਿਊਅਰਸ ਨੂੰ। ਉਹਨਾਂ ਦੀ ਇੱਕ ਹਮੇਸ਼ਾ ਇਹ ਕੰਪਲੇਂਟ ਰਹਿੰਦੀ ਹੈ ਕਿ ਇਹ ਇਸ਼ੂ ਜਿਹੜਾ ਇਸ ਦੇ ਵਿੱਚ ਇਹ ਵਿਮੈਨ ਦਾ ਇਸ਼ੂ ਹੈ ਉਹ ਇਹਦੇ 'ਚ ਇੰਟੈਗਰਲ ਪਾਰਟ ਹਨ। ਔਰ ਜਿਵੇਂ ਹਮੇਸ਼ਾ ਹੁੰਦਾ, ਅੱਜ ਵੀ ਅਸੀਂ ਤਿੰਨ ਬੰਦੇ, ਤਿੰਨ ਮੇਲਸ ਬੈਠ ਕੇ ਇਸ ਦੇ ਬਾਰੇ ਗੱਲ ਕਰ ਰਹੇ ਹਾਂ। ਅਸੀਂ ਇਸ ਇਸ਼ੂ 'ਤੇ ਹੋਰ ਫਰਦਰ ਗੱਲ ਕਰਾਂਗੇ ਐਂਡ ਵਿਲ ਟੇਕ ਦ ਵਿਮੈਨ ਪਰਸਪੈਕਟਿਵ, ਵਿਲ ਗਿਵ ਇਟ ਇਟਸ ਡਿਊ ਇੰਪੋਰਟੈਂਸ। ਅੱਜ ਜੋ ਅਸੀਂ ਗੱਲ ਕਰ ਰਹੇ ਹਾਂ ਉਹ ਜੋ ਪੋਲੀਟੀਕਲ ਪਾਰਟੀਜ਼ ਦੇ ਡਿਫਰੈਂਟ ਵਿਊਜ਼ ਹਨ, ਜੋ ਉਹਨਾਂ ਦੀ ਪੋਲਿਸੀਜ਼ ਹਨ ਇਸ ਇਸ਼ੂ ਨੂੰ ਲੈ ਕੇ, ਉਸ ਦੇ ਬਾਰੇ ਔਰ ਅਸੀਂ ਇਹ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫੋਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਜਿਸ ਇਸ਼ੂ 'ਤੇ ਗੱਲ ਕਰ ਰਹੇ ਹਾਂ ਉਹ ਹੈ ਅਬੋਰਸ਼ਨ ਦਾ ਇਸ਼ੂ। ਇੰਦਰਜੀਤ ਸਿੰਘ ਜੀ, ਜੋਤਪ੍ਰੀਤ ਜੀ, ਹੁਣ ਅਸੀਂ ਇਸ ਇਸ਼ੂ ਨੂੰ ਡਾਈਸੈਕਟ ਕਰੀਏ। ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਪਹਿਲਾਂ ਆਉਂਦੀ ਹੈ, ਜਿਹੜੀ ਇੰਦਰਜੀਤ ਜੀ ਨੇ ਵੀ ਕਹੀ ਕਿ ਸਾਡੇ ਸਿੱਖ ਧਰਮ ਵਿੱਚ ਅਬੋਰਸ਼ਨ ਨੂੰ ਇਸ ਪਰਟੀਕੁਲਰ ਤਰੀਕੇ ਨਾਲ ਦੇਖਿਆ ਗਿਆ ਹੈ। ਲੋਕ ਆਪਣੇ ਆਪਣੇ ਰਿਲੀਜੀਅਸ ਵਿਊਜ਼ ਇਸ ਇਸ਼ੂ 'ਤੇ, ਹਰ ਇਸ਼ੂ 'ਤੇ ਲਿਆਉਂਦੇ ਨੇ, ਬਟ ਵੀ ਹੈਵ ਟੂ ਅੰਡਰਸਟੈਂਡ ਕਿ ਜਿਹੜੀ US ਦੀ ਗਵਰਨਮੈਂਟ ਹੈ, ਜਿਹੜਾ ਕੋਨਸਟੀਟਿਊਸ਼ਨ ਹੈ, ਦੈਟ ਇਜ਼ ਅ ਸੈਕੂਲਰ ਗਵਰਨਮੈਂਟ, ਇਟਸ ਅ ਸੈਕੂਲਰ ਕੋਨਸਟੀਟਿਊਸ਼ਨ। ਔਰ ਕੋਈ ਵੀ ਜਿਹੜੀ ਪਬਲਿਕ ਪੋਲਿਸੀ ਹੈ ਉਹ ਰਿਲੀਜਨ ਦੇ ਬੇਸ 'ਤੇ ਨਹੀਂ ਬਣਾਈ ਜਾਂਦੀ, ਔਰ ਦੇਰ ਇਜ਼ ਅ ਸੈਪਰੇਸ਼ਨ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ 'ਚ? ਸਵਾਲ ਕਿਹਦੇ ਵਾਸਤੇ ਸੀਗਾ ਜੀ? ਸੌਰੀ ਜੋਤਪ੍ਰੀਤ ਜੀ, ਤੁਸੀਂ ਕੀ ਕਹੋਗੇ? ਆਪਣੇ ਦੋਨੇ ਵਾਸਤੇ ਸੀ, ਤੁਸੀਂ ਪਹਿਲਾਂ ਲੈ ਲਓ। ਹਾਂਜੀ, ਆਈ ਮੀਨ ਆਈ ਐਗਰੀ ਇਨ ਪ੍ਰਿੰਸੀਪਲ ਕਿ US ਦੀ ਜਿਹੜੀ ਹੈਗਾ ਕਨਸਟੀਟਿਊਸ਼ਨ, ਇਟ ਸੈਪਰੇਟ ਸਟੇਟ ਐਂਡ ਚਰਚ, ਦੈਟਸ ਵਾਟ ਇਟ ਸੇਜ਼। ਬਟ ਪਿਛਲੇ ਕੁਝ ਸਾਲਾਂ ਤੋਂ, ਕੁਝ ਦਹਾਕਿਆਂ ਤੋਂ ਜੇ ਦੇਖਿਆ ਜਾਏ ਤਾਂ ਇਸ ਤਰ੍ਹਾਂ ਲੱਗਦਾ ਕਿ ਉਹ ਸੈਪਰੇਸ਼ਨ ਜਿਹੜੀ ਆ ਉਹ ਹੌਲੀ ਹੌਲੀ ਜਿਹੜੀ ਆ ਉਹ ਇਰੋਡ ਹੋ ਰਹੀ ਹੈ, ਇਟਸ ਗੈਟਿੰਗ ਵੀਕਨ। ਜਿਹੜੇ ਰਾਈਟ ਵਿੰਗ ਜੋ ਕਿ ਆਲਸੋ ਆਪਣੇ ਆਪ ਨੂੰ ਕ੍ਰਿਸਚੀਅਨ ਵੀ ਕਹਿੰਦਾ ਹੈ, ਤੇ ਉਹ ਆਪਣੀਆਂ ਜਿਹੜੀਆਂ ਉਹ ਪਾਲਿਸੀਜ਼ ਆ ਉਹਨਾਂ ਨੂੰ ਦੂਜੇ ਜਿਹੜੇ US ਕਨਸਟੀਟਿਊਸ਼ਨ ਦੇ ਵਿੱਚ ਇਨਫਿਲਟਰੇਟ ਜਾਂ US ਲਾਸ ਦੇ ਵਿੱਚ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਬੋਰਸ਼ਨ ਇਜ਼ ਵਨ ਆਫ ਦੋਜ਼ ਇਸ਼ੂਸ, ਠੀਕ ਹੈ ਜੀ, ਅਲੋਂਗ ਵਿਦ ਅਦਰ ਥਿੰਗਸ ਲਾਈਕ ਸੇਇੰਗ, ਯੂ ਨੋ, ਦ ਸਿੰਬੋਲਿਕ ਥਿੰਗਸ ਲਾਈਕ saying a prayer in front, in beginning of any event or things like that. They try to use that. So they are, even the fundings of the religious institutions in US and abroad, that has been going on for some time. Te is tarah lagda ki usnu weak karan di koshish kar raha hai, te that should come to end. ਇੰਦਰਜੀਤ ਜੀ, ਤੁਸੀਂ ਕੀ ਕਹੋਗੇ ਇਸ ਪਰਟੀਕੁਲਰ ਡਿਬੇਟ ਵਿੱਚ ਰਿਲੀਜਨ ਨੂੰ ਕਿੰਨਾ ਯੂਜ਼ ਕਰਨਾ ਚਾਹੀਦਾ ਇਸ ਪਬਲਿਕ ਪਾਲਿਸੀ ਨੂੰ ਗਾਈਡ ਕਰਨ ਲਈ? ਐਕਚੁਅਲੀ ਬੇਸਿਕਲੀ ਜਿਹੜਾ ਆਪਾਂ ਸਾਰੇ ਐਗਰੀ ਕਰਦੇ ਹੈਗੇ ਆ ਜੀ, ਅਮਰੀਕਾ ਦੇ ਵਿੱਚ ਸੈਪਰੇਸ਼ਨ ਆਫ ਚਰਚ ਐਂਡ ਸਟੇਟ
ਸ਼ਾਮਲ ਹੈ ਫਰੋਮ ਦਾ ਬਿਗਿਨਿੰਗ। ਸੈਪਰੇਸ਼ਨ ਆਫ ਚਰਚ ਐਂਡ ਸਟੇਟ ਇਹ ਨਹੀਂ ਹੈ ਕਿ ਇਕੱਲਾ ਕ੍ਰਿਸਚਨ ਸੈਪਰੇਸ਼ਨ ਹੈ, ਉਹ ਸਾਰੇ ਧਰਮਾਂ ਲਈ ਸੈਪਰੇਸ਼ਨ ਹੈ। ਠੀਕ ਹੈ, ਉਹਨਾਂ ਦਿਨਾਂ ਦੇ ਵਿੱਚ ਜਿਸ ਟਾਈਮ ਇਹ ਕੰਸਟੀਟਿਊਸ਼ਨ ਕਹਿ ਲਓ ਜੋ ਮੁਲਕ ਦੀ ਫਾਊਂਡਿੰਗ ਸੀ, ਉਹਨਾਂ ਦਿਨਾਂ ਦੇ ਵਿੱਚ ਚਰਚ ਜ਼ਿਆਦਾ ਸੀ। ਹੁਣ ਜੇ ਆਪਾਂ ਜਾਣਦੇ ਹਾਂ ਧਾਰਮਿਕ ਤੌਰ ਤੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਦਰਜਾ ਆ, ਸਰਕਾਰ ਦੇ ਵਿੱਚ ਬਿਲਕੁਲ ਉਹਨਾਂ ਦਾ ਸੈਪਰੇਸ਼ਨ ਹੈਗਾ। ਔਰ ਜਿਹੜਾ ਅਸੀਂ ਕਹਿੰਦੇ ਹਾਂ ਪ੍ਰੇਅਰ, ਜੀ ਪ੍ਰੇਅਰ ਆਪਣੀ ਆਪਣੀ ਚੋਇਸ ਹੈ। ਹੁਣ ਸਾਡਾ ਵੀ ਕੋਈ ਕਾਰਜ ਹੁੰਦਾ, ਸਾਡਾ ਕਬੱਡੀ ਦਾ ਮੈਚ ਹੁੰਦਾ, ਉੱਥੇ ਸਾਡੇ ਖਿਡਾਰੀ ਅਰਦਾਸ ਨਹੀਂ ਕਰਦੇ, ਹੋਰ ਕੋਈ ਕਾਰਜ ਹੁੰਦਾ ਅਰਦਾਸਾਂ ਕਰਦੇ ਆ। ਨਹੀਂ ਨਹੀਂ ਇੰਦਰਜੀਤ ਜੀ, ਜਿਹੜੇ ਆਪਣੇ ਕਮਿਊਨਿਟੀ ਦੇ ਆਪਣੇ ਇੰਡੀਵਿਜੁਅਲ ਦੇ ਜਿਹੜੇ ਈਵੈਂਟਸ ਹਨ, ਉਹ ਤੇ ਤਾਂ ਤੁਹਾਨੂੰ ਕੋਈ ਮਨਾ ਨਹੀਂ ਕਰਦਾ। ਇਟਸ ਲੌਂਗ ਸਟੈਂਡਿੰਗ ਪ੍ਰਿੰਸੀਪਲ ਕਿ ਸੈਕੂਲਰਿਜ਼ਮ ਡਸ ਨੋਟ ਮੀਨ ਬੀਂਗ ਐਨ ਐਥੀਸਟ, ਰਾਈਟ? ਤੁਸੀਂ ਆਪਣਾ ਆਪਣਾ ਰਿਲੀਜਨ ਉਹ ਕਰੋ, ਬਟ ਜਦ ਪਬਲਿਕ ਪੋਲਿਸੀ ਆਉਂਦੀ ਹੈ, ਹੁਣ ਜਦ ਪ੍ਰੇਅਰ ਦੀ ਅਗਰ ਓਪੋਜੀਸ਼ਨ ਹੁੰਦੀ ਹੈ, ਉਹ ਪਬਲਿਕ ਸਕੂਲ 'ਚ ਹੁੰਦੀ ਹੈ। ਕੈਥਲਿਕ ਸਕੂਲ 'ਚ ਕੋਈ ਮਨਾ ਨਹੀਂ ਕਰ ਸਕਦਾ, ਜੂਇਸ਼ ਸਕੂਲ 'ਚ ਕੋਈ ਮਨਾ ਨਹੀਂ ਕਰ ਸਕਦਾ, ਸਿੱਖ ਸਕੂਲ 'ਚ ਕੋਈ ਮਨਾ ਨਹੀਂ ਕਰ ਸਕਦਾ, ਬਟ ਜਿਹੜਾ ਪਬਲਿਕ ਸਕੂਲ ਹੈ ਉੱਥੇ ਇਟਸ ਏ ਚੈਲੰਜ ਕਿ ਬਈ ਉੱਥੇ ਪ੍ਰੇਅਰ ਜਿਹੜੀ ਹੈ ਅਲਾਓ ਹੋਏ ਜਾਂ ਨਾ ਹੋਏ। ਕੀ ਕਹੋਗੇ? ਉਸ ਸਕੂਲ ਦੇ ਸਿਚੁਏਸ਼ਨ ਦੇ ਵਿੱਚ ਜਿਹੜੀ ਪ੍ਰੇਅਰ ਆ ਜੀ, ਕ੍ਰਿਸਚਨ ਪ੍ਰੇਅਰ ਕਹਿ ਲਓ, ਚਾਹੇ ਆਪਣੇ ਅਰਦਾਸ ਆ, ਚਾਹੇ ਹੋਰ ਕੋਈ ਧਰਮ ਹੈ ਜੀ, ਉਹਨਾਂ ਦੀ ਐਜੂਕੇਸ਼ਨ ਮੁਤਾਲਕ ਤਾਂ ਉਹਨਾਂ ਦੀ ਯੂਸ ਆਉਂਦੀ ਹੈ, ਲੇਕਿਨ ਬਾਈ ਰਾਈਟਸ, ਬਾਈ ਰਿਚੁਅਲ, ਬਾਈ ਸਕੈਜੂਲ ਮੈਂਡੇਟਸ ਉਹ ਨਹੀਂ ਹੈਗੀ, ਨਾ ਉਹ ਹੋਣੀ ਚਾਹੀਦੀ ਆ। ਆਈ ਟੋਟਲੀ ਅਗਰੀ, ਸੈਪਰੇਸ਼ਨ ਆਫ ਚਰਚ ਐਂਡ ਸਟੇਟ ਇਜ਼ ਦੇਅਰ ਵੈਨ ਇਟਸ ਗਵਰਨਮੈਂਟ ਮੈਂਡੇਟਡ। ਇਸੇ ਸਿਚੁਏਸ਼ਨ ਤੇ ਜਾ ਕੇ ਅਸੀਂ ਉਹੀ ਆਪਣੇ ਬੱਚਿਆਂ ਲਈ ਆਰਗਿਊ ਕਰ ਚੁੱਕੇ ਹਾਂ ਵੀ ਸਾਡੇ ਬੱਚੇ ਦੇ ਜਾਂ ਉਹਨੇ ਅੰਮ੍ਰਿਤ ਛਕਿਆ ਹੋਇਆ, ਉਹਨੂੰ ਕਿਰਪਾਨ ਪਹਿਨਣੀ ਆ, ਉਹਦੇ ਲਈ ਅਸੀਂ ਆਹ ਅਸੂਲਾਂ ਕਰਾਂਗੇ। ਵੀ ਹੈਵ ਯੂਜ਼ ਦੈਟ ਸੇਮ ਥਿੰਗ ਟੂ ਇਨਸਿਸਟ ਦੈਟ ਵੀ ਹੈਵ ਆਰ ਰਿਲੀਜੀਅਸ ਰਾਈਟਸ ਟੂ। ਔਨ ਦੋਜ਼ ਸਿਚੁਏਸ਼ਨਸ, ਸੈਪਰੇਸ਼ਨ ਆਫ ਚਰਚ ਐਂਡ ਸਟੇਟ ਇਨ ਪਬਲਿਕ ਐਂਟੀਟੀਜ਼, ਦੇਰ ਇਜ਼ ਨੋ ਕੁਐਸਚਨ ਔਨ ਦੈਟ, ਇਟ ਨੀਡਸ ਟੂ ਬੀ ਦੇਅਰ, ਇਟ ਨੀਡਸ ਟੂ ਬੀ ਇਨਫੋਰਸਡ। ਬਟ ਔਨ ਜਨਰਲ ਕੰਸੈਂਸਸ, I'm not saying that somebody doesn't have the right to choose to have an abortion. What I'm saying is, consciously, religiously, in my belief, in my understanding of Sikhism, Christianity, Islam, killing of an unborn child is not ethical. In that respect, it is not acceptable and it should not be practiced. I'm not arguing the legal sense. We already said 50-50, half the nation wants one way, half the other. It's not a party political thing either. Because many Republicans are pro-choice, many are not. Many in the Catholic system are not pro-choice. They share the same opinions I do. My opinion is, if it's the first trimester or the third trimester after conception, which my understanding in the Gurbani is, it's literally from very early on, we should not have the right, we should not have the option to kill an unborn child. But nature has been doing that for centuries, for thousands of years, from the time Earth began. It's called a miscarriage. Where the issue of abortion comes in is a matter when it's a choice. The only time medically there was no choice, physically there was no choice, was in the case of rape. We've seen it in history, we've seen it in culture. It's there. It's a taboo. And it makes life totally miserable for both the parent and the child. Those ideas, I do not argue against. If in that situation a mother wants that option, she should have it. But in the normal cases, a family who wants to control the size of their family, I'm sorry, you got many, many choices. And one of them is the buckle on your belt. Inderjit ji, before I address this, ki jede se rape or incest keh rahe ho, some state laws have even started saying ki a heartbeat law vagera jede hain, ki even in those cases you can't get abortion. Before we get to that, ek jada point Jodhpuri ji ne raise kita siga, ਕਿ ਤੁਸੀਂ ਮਿਨੀਮਮ ਗਵਰਨਮੈਂਟ ਦੀ ਇੰਟਰਵੈਂਸ਼ਨ ਵਿੱਚ ਬਿਲੀਵ ਕਰਦੇ ਹੋ, ਔਰ ਜਿਹੜੀ ਲਿਬਰਟੀ ਹੈ, ਲਿਬਰਟੀ ਇਜ਼ ਯੋਰ ਚੋਇਸ, ਤੁਹਾਡੀ ਜਿਹੜੀ ਤੁਸੀਂ ਚੂਜ਼ ਕਰਦੇ ਹੋ ਆਪਣੀ ਬੋਡੀ ਨਾਲ ਕੀ ਕਰਨਾ ਹੈ, ਆਪੇ ਕਿਹੜੇ ਡਿਸੀਜਨਸ ਲੈਣੇ ਨੇ, ਔਰ ਸਰਕਾਰ ਤੁਹਾਡੇ ਵਾਸਤੇ ਉਹ ਡਿਸੀਜਨ ਨਾ ਲਏ, ਉਹ ਵੀ ਬੇਸਡ ਔਨ ਦੇਅਰ ਰਿਲੀਜੀਅਸ ਓਪੀਨੀਅਨ। ਤੁਸੀਂ ਬਿਲੀਵ ਕਰਦੇ ਹੋ ਕਿ ਸਿੱਖੀ ਵਿੱਚ ਐਬੋਰਸ਼ਨ ਨਹੀਂ ਅਲਾਊਡ ਹੈ, ਤੁਹਾਡਾ ਰਾਈਟ ਹੈ, ਤੁਸੀਂ ਆਪਣੇ ਤੁਹਾਡੀ ਫੈਮਲੀ ਹੈ, ਤੁਸੀਂ ਇਸ ਚੀਜ਼ ਨੂੰ ਐਕਸਰਸਾਈਜ਼ ਨਾ ਕਰੋ, ਇੱਕ ਕ੍ਰਿਸਚਨ ਦਾ ਉਹ ਰਾਈਟ ਹੈ, ਹਰ ਇੱਕ ਦੇ ਆਪਣੇ ਰਿਲੀਜੀਅਸ ਵਿਊਜ਼ ਹਨ, ਬਟ ਤੁਸੀਂ ਆਪਣੇ ਇਸ ਮੁਲਕ ਵਿੱਚ ਆਪਣੇ ਰਿਲੀਜੀਅਸ ਵਿਊਜ਼ ਉਸ ਬੰਦੇ ਦੇ ਉੱਪਰ ਥੋਪ ਨਹੀਂ ਸਕਦੇ। ਦੈਟ ਇਜ਼ ਵਾਟ ਲਿਬਰਟੀ ਇਜ਼ ਅਬਾਊਟ ਇਨ ਦਿਸ ਕੰਟਰੀ।
where does liberty get defined in that context within Sikhi? Where did the Guru define individual liberty in that context? Aren't you taking the liberty of a person who's not a Sikh, who does not hold these religious views? Are you not taking his liberty away and enforcing this view on him ki bhai tu agar chahe bhi te tu a nahi kar sakta abortion kyunki it's a sin religion ke andar ki ye maadi gal hai. How do you see that, Jodhpreet ji? Well, that is what exactly I was talking about. Bhai, jadon abortion di gal aundi hai ta us vele separation of church and state goes away. Us vele references come from Sikhi, references come from Christianity, from Bible. Ke inna sare de vich is nu maara kiya gaya. Hun je koi atheist hove, je believe hi nahi karda, kise dharm vich vi nahi believe karda, so then his rights are getting infringed upon. So that's exactly what I was arguing about. ਅਸੀਂ religious ਹਾਂ, ਅਸੀਂ ਇਹਨਾਂ ਗੱਲਾਂ ਦੇ ਵਿੱਚ ਬਿਲੀਵ ਕਰਦੇ ਹਾਂ, ਪਰ ਹੋ ਸਕਦਾ ਅਗਲਾ ਨਾ ਬਿਲੀਵ ਕਰਦਾ ਹੋਵੇ. ਹੁਣ ਕੁਛ ਗੱਲਾਂ ਭਾਜੀ ਨੇ ਹੋਰ ਕਹੀਆਂ ਕਿ ਉਹਦੇ ਵਿੱਚ ਇੱਕ ਗੱਲ ਇਹਨਾਂ ਨੇ ਕਹੀ ਕਿ ਦੇਰ ਆਰ ਲੋਟ ਆਫ ਪ੍ਰੀਵੈਂਟਿਵ ਮੈਜਰਸ, ਬਟ ਨਨ ਆਫ ਦੈਟ ਇਜ 100%. ਠੀਕ ਹੈ ਜੀ. ਲੋਟ ਆਫ ਯੂ ਨੋ ਦੇ ਆਲ ਹੈਵ ਵੈਰੀ ਹਾਈ ਐਫੀਸ਼ੀਐਂਸੀ ਰੇਟ. They are 99% effective, but sometimes mistakes still happen. Now I will tell you a case. Paji huna ne hun ek case di gal kiti hai ke bhai it should be allowed under the rape, right? Now what happens next is ke paji huna ne ta kehta it should be allowed under the rape, but that means that person has to go get a permission now. That person, let's say there was a female who got, you know, forced, and now she's pregnant. She wants to go through the procedure. She will have to prove that she was raped, which means she will have to go in front of a judge, name who raped her, right, or find a way to prove that this happened and get a judge's permission. Now what happens if judge does not believe the female? Will she be still granted permission? What happens if what happens if judge does not believe her, does not give her permission, and she has a miscarriage? Will she be charged with murder then, because she took a life away that she was not supposed to? And you know, there are circumstances are there, she was pregnant, she wanted to get an abortion, but she was not allowed to, and then she happened to have a miscarriage. This actually happened. This exact scenario actually happened. It happened in Ecuador, which is a pretty conservative society. The one female was forced, and she got pregnant, and then she gave to a stillborn child. She gave birth to a stillborn child, and she was charged with murder twice. Do vari usnu court de vich ja ke apne aap nu bekasoor sabit karna paya. So that's what we are afraid of, ke we start going down this road, ke only this is allowed, this is allowed. Then what happens when you have problems? How do you prove and protect yourself? Jodhpreet ji, eh jehde laws Alabama vich, Georgia vich, Mississippi vich jehde hunne propose ho rahe, is this ki hai ki after 6 weeks, pehle 6 weeks tusi fir vi oh kar sakde, after 6 weeks they are saying ki heartbeat aa jandi hai, but after heartbeat, right, the child, the fetus, the jad heartbeat ek baar detect kiti jandi hai, ਅਗਰ ਤੁਸੀਂ ਰੇਪ ਦਾ ਉਹ ਲੈਂਦੇ ਹੋ ਡਿਫੈਂਸ ਐਟ ਐਨੀ ਸਟੇਜ, ਯੂ ਨੀਡ ਅ ਪੁਲਿਸ ਰਿਪੋਰਟ ਦੈਟ ਯੂ ਸ਼ੁੱਡ ਹੈਵ ਮੇਡ ਐਟ ਦ ਟਾਈਮ ਯੂ ਆਰ ਰੇਪਡ. ਕਿ ਕਈ ਵਾਰ ਦੋ ਦੋ ਮਹੀਨੇ, 6 ਹਫ਼ਤੇ, ਆਮ ਨੋਟ ਅ ਡਾਕਟਰ ਐਂਡ ਆਮ ਨੋਟ ਅ ਵੂਮਨ, ਬਟ ਕਈ ਵਾਰ ਅਸੀਂ ਇਹ ਦੇਖਿਆ ਕਿ ਟਾਈਮ ਲੱਗ ਜਾਂਦਾ, ਪਤਾ ਨਹੀਂ ਵੀ ਚੱਲਦਾ ਕਿ ਕੋਈ ਜਿਹੜੀ ਵੂਮਨ ਹੈ ਉਹ ਪ੍ਰੈਗਨੈਂਟ ਹੈ, ਐਂਡ ਇਫ ਐਟ ਦੈਟ ਟਾਈਮ ਸ਼ੀ ਕਮਸ ਐਂਡ ਸੇਜ਼ ਕਿ ਬਈ ਇਹ ਪ੍ਰੈਗਨੈਂਸੀ ਹੈ, ਦਿਸ ਇਜ਼ ਬਿਕੋਜ਼ ਆਫ ਦ ਰੇਪ ਵਿਚ ਹੈਪਨਡ ਲਾਈਕ 4 to 6 weeks ਬੈਕ, ਦੇ ਸੇ ਵੇਅਰ ਇਜ਼ ਅ ਪੁਲਿਸ ਰਿਪੋਰਟ, ਐਂਡ ਇਫ ਯੂ ਡੋਂਟ ਹੈਵ ਅ ਪੁਲਿਸ ਰਿਪੋਰਟ ਫਰੋਮ ਦੈਨ, ਤੁਸੀਂ ਇਸ ਤੁਹਾਨੂੰ ਇਸ ਡਿਫੈਂਸ ਦੀ ਉਹ ਨਹੀਂ ਮਿਲੇਗੀ. ਇਜ਼ ਦੈਟ ਰਾਈਟ, ਜੋਧਪ੍ਰੀਤ ਜੀ? That is pretty true. They, and you know, you brought up that point that when does women find out she is pregnant? I can actually, this is a little bit off topic, but I can tell you in real life, I met a woman whose baby I actually delivered, who did not know she was pregnant while I was delivering her baby. And she just did not know. She was like, I thought I was just, she was a big female, she was chubby, and
she just did not realize that she was pregnant and she did not notice her belly getting bigger. But she was like, oh, well, I didn't know. So that actually happens. Some females don't find out. They, unless you are taking your pregnancy test every week, you know, it's difficult to find out. A lot of times what happens is that the person who got forced is married maybe. Now, how do you know whose baby it is? Right? So there are a lot of ਕਾਫੀ ਜਿਹੜੀਆਂ ਗੱਲਾਂ ਨੇ ਛੋਟੀਆਂ ਛੋਟੀਆਂ ਕਹਿ ਲਓ ਜਾਂ ਵੱਡੀਆਂ ਕਹਿ ਲਓ ਜਿਹੜੀਆਂ ਇਸ ਨੂੰ ਹੋਰ ਅੱਗੇ ਕੰਪਲਿਕੇਟ ਬਣਾਉਂਦੀਆਂ ਨੇ ਤੇ ਫੀਮੇਲਸ ਦੇ ਲਈ ਮੁਸ਼ਕਲਾਂ ਖੜੀਆਂ ਕਰਦੀਆਂ ਨੇ ਬਿਲਕੁਲ ਤੇ ਜੋ ਵੀ ਲਾਅ ਬਣਾਏ ਜਾ ਰਹੇ ਨੇ ਰਿਪਬਲਿਕਨ ਪਾਰਟੀ ਵੱਲੋਂ ਉਹ ਬੇਸਿਕਲੀ ਹੈ ਕਿ ਫੀਮੇਲਸ ਦੇ ਲਈ ਅਸੀਂ ਕਿਸ ਤਰ੍ਹਾਂ ਸਿਸਟਮ ਨੂੰ ਰਿਗ ਕਰੀਏ ਕਿ ਬਈ ਦੇ ਗੈਟ ਲੈਸ ਐਂਡ ਲੈਸ ਐਕਸੈਸ ਤੇ ਉਹਨਾਂ ਲਈ ਡਿਫੀਕਲਟ ਹੋਵੇ ਇਸ ਨੂੰ ਕਰਨਾ ਜੀ ਜੋਤਪ੍ਰੀਤ ਜੀ ਅਸੀਂ ਇਸ ਇਸ਼ੂ ਤੇ ਗੱਲ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਦ ਵੇ ਫਾਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਇੰਦਰਜੀਤ ਜੀ ਇਹ ਇੱਕ ਕੌਂਪਲੈਕਸ ਇਸ਼ੂ ਹੈ ਅਸੀਂ ਸਮਝਦੇ ਹਾਂ ਔਰ ਇੰਨਾ ਹੀ ਕੌਂਪਲੈਕਸ ਇਹ ਇਹ ਵੀ ਸਮਝਣਾ ਕਿ ਇਹ ਜਿਹੜਾ ਜਿਹੜਾ ਰਾਈਟ ਹੈ ਕਿਆ ਇੱਕ ਅਕੇਲੀ ਵੂਮਨ ਵਿੱਚ ਇਹ ਰਾਈਟ ਬਿਸਟੋਰਡ ਹੈ ਜਾਂ ਸੋਸਾਇਟੀ ਜੋ ਇੱਕ ਅਸੀਂ ਕੰਜ਼ਰਵੇਟਿਵ ਸਾਈਡ 'ਤੇ ਆਰਗੂਮੈਂਟ ਦੇਖਦੇ ਹਾਂ ਕਿ ਬਈ ਸੋਸਾਇਟੀ ਦੇ ਜਿਹੜੇ ਵੀਕ ਹਨ ਜਿਹੜੇ ਵਲਨਰੇਬਲ ਹਨ ਹੁਣ ਜੋਤਪ੍ਰੀਤ ਜੀ ਕਹਿ ਰਹੇ ਜੀ ਕਿ ਫੈਮਲੀ ਦਾ ਸਾਈਜ਼ ਕੰਟਰੋਲ ਕਰਨਾ ਕਈ ਅਗਰ ਤੁਹਾਡੇ ਬਜ਼ੁਰਗ ਪੇਰੈਂਟਸ ਤੁਹਾਡੇ 'ਤੇ ਡਿਪੈਂਡੈਂਟ ਹੈਗੇ ਔਰ ਤੁਸੀਂ ਉਹਨਾਂ ਦਾ ਖਰਚਾ ਨਹੀਂ ਚੁੱਕ ਪਾ ਰਹੇ ਡੂ ਯੂ ਹੈਵ ਅ ਰਾਈਟ ਕਿ ਤੁਸੀਂ ਕਹੋ ਤੁਸੀਂ ਜੀ ਜ਼ਿੰਦਗੀ ਆਪਣੀ ਜੀ ਲਿੱਤੀ ਹੈ ਅਸੀਂ ਹੁਣ ਇਸ ਆਪਣਾ ਕੰਟਰੋਲ ਕਰਨਾ ਚਾਹੁੰਦੇ ਇਫ ਦੇ ਆਰ ਡਿਪੈਂਡੈਂਟ ਆਈ ਥਿੰਕ ਦੈਟਸ ਨੋਟ ਐਨ ਆਰਗੂਮੈਂਟ ਦੈਟਸ ਐਗਰੀਏਬਲ ਟੂ ਦਾ ਸੋਸਾਇਟੀ ਇਸ ਕਰਕੇ ਜਿਹੜਾ ਇਹ ਫੀਟਸ ਦਾ ਇਸ਼ੂ ਹੈ ਦ ਮੋਸਟ ਇੰਪੋਰਟੈਂਟ ਕੁਐਸਚਨ ਬਿਕਮਸ ਕਿ ਕਦ ਉਸ ਫੀਟਸ ਵਿੱਚ ਲਾਈਫ ਆਉਂਦੀ ਹੈ ਕਦ ਉਸਨੂੰ ਐਜ਼ ਅ ਹਿਊਮਨ ਦੇਖਿਆ ਜਾਂਦਾ ਹੈ ਇਜ਼ ਦੈਟ ਰਾਈਟ ਇੰਦਰਪ੍ਰੀਤ ਜੀ ਇੰਦਰਜੀਤ ਜੀ ਬੇਸਿਕਲੀ ਜਿਹੜੀ ਆਪਣੀ ਸਾਇੰਟਿਫਿਕ ਟੌਪਿਕਸ ਹੈਗੇ ਨੇ ਸਾਇੰਟਿਫਿਕ ਇਸ਼ੂਜ਼ ਹੈਗੇ ਨੇ ਜੀ ਉਹ ਜ਼ਰੂਰ ਹੈਗੇ ਨੇ ਵੀ ਉਹ ਲਾਈਫ ਕਨਸੈਪਸ਼ਨ ਤੋਂ ਚਾਲੂ ਹੁੰਦਾ ਕਦੋਂ ਚਾਲੂ ਹੁੰਦਾ ਹਾਰਟ ਬੀਟ 'ਤੇ ਹੁੰਦਾ ਹਾਰਟ ਬੀਟ ਕਦੋਂ ਹੁੰਦੀ ਹੈ ਕਨਸੈਪਸ਼ਨ ਕਦੋਂ ਹੁੰਦਾ ਜੀ ਦੈਟ ਇਜ਼ ਸਾਇੰਟਿਫਿਕ ਦੈਟ ਇਜ਼ ਮੈਡੀਕਲ ਆਈ ਐਮ ਨੋਟ ਇਨ ਦੈਟ ਲੀਗ ਵਟ ਆਈ ਡੂ ਨੋ ਇਜ਼ ਵਟ ਆਈਵ ਹਰਡ ਫਰੋਮ ਦ ਗੁਰਬਾਣੀ ਫਰੋਮ ਦ ਟੀਚਿੰਗਸ ਫਰੋਮ ਫੈਲੋ ਪੀਪਲ ਹੂ ਹੈਵ ਪ੍ਰੋਵਾਈਡਡ ਕਾਉਂਸਲ ਜੀ ਦੈਟ ਬੇਸਡ ਔਨ ਆਵਰ ਬਿਲੀਫ based on the scriptures that we follow gurbani ji conception is the beginning of life and killing of life is not our duty protecting that life is and however we have the exceptions we've discussed them many times one of them is rape I understand the rape the issue the which ਆਪਣੇ ਹੋਰ ਕੋਈ ਕਈ ਸੋਸ਼ਲ ਇਸ਼ੂਜ਼ ਹੈਗੇ ਨੇ ਸੋਸ਼ਲ ਕੰਟਰੋਲਿੰਗ ਫੈਕਟਰਸ ਹੈਗੇ ਨੇ ਜਿਹਦੇ ਵਿੱਚ ਇਹ ਰੇਪ ਦਾ ਟੌਪਿਕ ਡਿਸਕਸ ਵੀ ਨਹੀਂ ਕੀਤਾ ਜਾਊਗਾ ਔਰ ਕਿਸੇ ਨਾਲ ਇਹ ਹਾਦਸਾ ਹੋ ਗਿਆ ਉਹ ਨਹੀਂ ਦੱਸਣਾ ਮੰਗੂਗੇ ਔਰ ਨਹੀਂ ਖੋਲ੍ਹਣਾ ਮੰਗੂਗੇ ਕਰਕੇ ਉਹਨਾਂ ਨੂੰ ਹੋਰ ਡਰ ਉੱਤੇ ਪੈ ਜਾਂਦਾ ਵੀ ਹੋ ਆਹ ਕੀ ਹੋਊਗਾ ਉਹ ਕੀ ਹੋਊਗਾ ਸੋ ਉਸ ਕਾਰਨ ਉਹ ਓਪਨਲੀ ਡਿਸਕਸ ਨਹੀਂ ਕਰਨਾ ਮੰਗਦੇ ਉਹਦਾ ਕੀ ਹੱਲ ਹੈਗਾ ਦੇਰਸ ਲੋਟਸ ਆਫ ਚੈਲੰਜਸ ਦੇ ਇਨ ਦੋਜ਼ ਸਿਚੁਏਸ਼ਨਸ ਲੀਗਲ ਜਿਹੜੇ ਚੈਲੰਜਸ ਹੈਗੇ ਆ ਉਹ ਵੀ ਲਿਮਿਟਿਡ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਪ੍ਰੂਵ ਕਰਨਾ ਕਿਸ ਤਰ੍ਹਾਂ ਨਹੀਂ ਕਰਨਾ ਰੇਪ ਇਜ਼ 6 ਵੀਕਸ ਲੇਟਰ ਇਜ਼ ਹਾਰਡ ਟੂ ਪ੍ਰੂਵ ਮੋਸਟ ਲਾਈਕਲੀ ਲੀਗਲੀ ਐਂਡ ਕ੍ਰਿਮੀਨਲੀ ਉਹ ਜਿਹੜਾ ਹਾਦਸਾ ਹੋ ਗਿਆ ਉਹਦੇ ਟਾਈਮ ਲਿਮਿਟ ਹੈਗੇ ਨੇ ਮੇਰੇ ਹਿਸਾਬ ਨਾਲ ਵੀ ਕਦੋਂ ਕੁ ਤਾਈਂ ਉਹ ਇਨਵੈਸਟੀਗੇਟ ਕੀਤਾ ਜਾ ਸਕਦਾ ਉਹ ਕਿਸ ਕਿੰਨੇ ਚਿਰ ਲਈ ਉਹਦੀ ਚੈਲੰਜ ਹੋ ਸਕਦੀ ਹੈ ਬਾਅਦ ਵਿੱਚ ਜਿਹੜੀ ਮੈਡੀਕਲ ਚੈਲੰਜ ਹੈਗੀ ਹੈ ਉਹ ਸੈਪਰੇਟ ਇਸ਼ੂ ਹੈਗੀ ਆ ਆਈ ਨਾਟ ਸਕਿਲਡ ਇਨ ਦੈਟ ਆਈ ਕਾਂਟ ਗਿਵ ਯੂ ਦੀ ਆਨਸਰ ਦੈਟ ਬਟ ਸੋਸ਼ਲੀ ਪਰਸਨਲੀ ਕੌਨਸ਼ੀਅਸਲੀ ਐਸ ਮੈਨੀ ਕੰਜ਼ਰਵੇਟਿਵਸ ਆਰ ਪ੍ਰੋ ਲਾਈਫ ਐਸ ਮੈਨੀ ਆਰ ਨਾਟ ਆਈ ਐਮ ਪ੍ਰੋ ਲਾਈਫ ਐਂਡ ਔਨ ਦੈਟ ਗਰਾਊਂਡ ਆਈ ਵੁੱਡ ਸਟੇਕ ਦੈਟ ਆਈ ਵੁੱਡ ਸਪੋਰਟ ਅਬੋਰਸ਼ਨ ਫਾਰ ਐਨੀ ਫੈਮਿਲੀ ਮੈਂਬਰ ਫਾਰ ਐਨੀਬਡੀ ਸੋਸ਼ਲੀ ਐਨੀਬਡੀ ਪਰਟੀਕੂਲਰਲੀ ਇਨ ਦ ਕੇਸ ਆਫ ਅਬਿਊਸ define the abuse as rape or incestual and they're still rape and in those matters yes anything else life begins at conception that's what I understand the gurbani says and I would stick with that that abortion
is not an option. There are many options before conception. जी 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 एक बड़ा as we said एक बड़ा difficult issue है, बड़ा contentious issue है. इस दे तुसी की इस दे अप्रोच लेंदे हो, वो किस चीज़ नाल थोड़ी वो गाइड होंदी है? क्या एक एक जस्ट मेयर हेल्दी सोसाइटी टोटली डिवाइड ऑफ एनी रिलीजियस व्यू, रिलीजियस ओपिनियन? कई लोग ये आर्ग्यू कर दें कि एक छोटी बच्ची किसी भी वजह नाल अगर वो प्रेगनेंट अनवांटेड प्रेगनेंसी हो जाती है और उसनों फोर्स किया जाता है वो बच्चे नू जन्म देने लई, तो वो एक नहीं तीन तीन लाइफ खराब करता है, उस बच्ची की लाइफ और जड़ा बच्चा जिसनों एक मच्योर और अंडरस्टैंडिंग पेरेंट्स नहीं मिलते. और कई बार एक मेल जड़ा छोटी उम्र का हो सकता है, उस बच्ची की उम्र का हो सकता है, जो हली तैयार नहीं है इस रिस्पोंसिबिलिटी लैन लई, जो अपने फ्यूचर नहीं बना पाएंगे दोनों पेरेंट्स, और तीनों तीनों जड़े इस दे एडवर्स इफेक्ट्स होंगे. बट कई लोग उस फीटस नू सेक्रेड मनते हैं, इट्स बियॉन्ड एवरीथिंग एल्स. उन्होंने कई अप्रोचेज हैं कि बच्चा एडॉप्शन इज दियो. सोसाइटी डिबेट्स अबाउट दैट, इट्स अ डिफिकल्ट डिबेट. साढ़े लिए ये डिबेट नू समझना जरूरी है. अज असी सोशल इशूज़ ते गल कर रहे हैं. एक होर जड़ा बड़ा इंपॉर्टेंट इशू और जड़ा लेटली पॉलिटिकल एक्टिविज़म की वजह नाल एक बड़ा ज़्यादा कंटेंशियस इशू बन गया था, वो हैगा LGBTQ राइट्स, जिन्हां नू असी द मूवमेंट फॉर गे राइट्स कहिंदे आ. 2004 तो पहला कोई भी किसी भी स्टेट विच जिहड़ी गे मैरिज सी वो लीगल नहीं सी. सैन फ्रांसिस्को विच पहली बार 2004 विच गे मैरिज कराई गई, जिसनों रिकॉग्नाइज कराया गया, बाद विच उसनों भी चैलेंज किया गया. 2015 विच एक सुप्रीम कोर्ट का डिसीजन आया जिसने गे मैरिज नू सारी कंट्री विच ऑल 50 स्टेट्स विच लीगल किया. ये भी एक बड़ा वड़ा इशू है, बड़ा वड़ा डिफरेंस है द कंजर्वेटिव व्यू पॉइंट और जरा लिबरल व्यू पॉइंट है, उससे एक बड़ी पारी डिबेट है. इंद्रजीत सिंह जी, तुसी किवें वेखदे हो इस इशू नू? ये इशू जरा सिंपल हैगा, मुड़ के आप गुरबाणी ते जाने हैं जी. कितने भी गुरबाणी दे विच देख लो, माता पिता बार बार कहा जाता जी. बेसिकली जे असी क्रिश्चियनिटी ते जाने हैं, ਉਹ ਐਡਮ ਅਨੀਵ ਤੋਂ ਸਟਾਰਟ ਕਰਦੇ ਨੇ ਜੀ. ਹੋਰ ਅਸੀਂ ਸਪੀਸੀਜ਼ ਦੇ ਜਾਂਦੇ ਹਾਂ ਜਾਂ ਆਪਣੇ ਐਨੀਮਲ ਸਪੀਸੀਜ਼ 'ਤੇ ਚਲ ਜਾਓ, ਬੇਸਿਕਲੀ ਮੇਲ ਅਤੇ ਫੀਮੇਲ ਜੀ. ਇਹ ਜ਼ਰੂਰ ਹੈਗਾ ਵੀ ਬਾਇਓਲੋਜੀਕਲੀ ਸਾਇੰਟੀਫਿਕਲੀ ਹੁਣ ਆਪਣੇ ਜੀਨਸ ਹੈਗੇ ਨੇ XY, XXY, ਉਹ ਸਾਰਾ ਕੁਛ ਹੈਗਾ ਨੇ ਜੀ. ਉਹਨਾਂ ਨੂੰ ਸਾਈਡ 'ਤੇ ਰੱਖਦੇ ਹਾਂ ਕਰਕੇ ਉਹ ਜਿਹੜੇ ਮਿਕਸ ਜੀਨਸ ਹੈ, ਐਕਸਟੈਂਡਡ ਜੀਨਸ ਹੈ, ਕਿਸੇ ਪਾਸੇ ਨੂੰ ਲੈ ਜਾਈਏ, ਦੇ ਉਹ ਸਾਰੀ ਸੁਸਾਇਟੀ 'ਚ ਬਿਗਨਿੰਗ ਆਫ ਟਾਈਮ ਤੋਂ ਐਗਜ਼ਿਸਟਿੰਗ ਆਉਂਦੇ ਰਹੇ ਨੇ. ਇਹਨਾਂ ਦਿਨਾਂ 'ਚ ਵੀ ਹੈਗੇ ਨੇ, ਪਿਛਲੇ ਦਿਨ ਜਿਹੜੇ ਚਲੇ ਗਏ ਉਹਨਾਂ 'ਚ ਵੀ ਸੀਗੇ, ਜਿਹੜੇ ਦਿਨ ਆਉਣੇ ਵਾਲੇ ਆ ਉਹਨਾਂ 'ਚ ਵੀ ਸੀਗੇ. ਬੇਸਿਕ ਇਸ਼ੂਜ਼ ਜਿਹੜੇ ਹੈਗੇ ਗੇ ਦੇ, ਲੈਸਬੀਅਨ ਦੇ, LGBTQ ਟੋਟਲ ਕਹਿ ਲਓ ਜੀ, ਉਹਨਾਂ ਦੀ ਲਾਈਫ ਸਟਾਈਲ 'ਤੇ ਕੋਈ ਹਮਲਾ ਨਹੀਂ ਕਰਦਾ. ਉਹਨਾਂ ਦੀ ਲਾਈਫ ਸਟਾਈਲ ਉਹਨਾਂ ਮਰਜ਼ੀ ਜਿੱਦਾਂ ਮਰਜ਼ੀ ਰਹਿਣ, ਇਸ਼ੂ ਆ ਜਾਂਦੀ ਹੈ ਜਦ ਆਉਂਦਾ ਮੈਰਿਜ ਰਾਈਟਸ. ਮੈਰਿਜ ਦਾ ਡੈਫੀਨੇਸ਼ਨ ਕੀ ਆ? ਆਪਣੇ ਸਿੱਖਿਜ਼ਮ ਦੇ ਵਿੱਚ ਮੈਰਿਜ ਕਦੋਂ ਡਿਫਾਈਨ ਕੀਤਾ ਗਿਆ ਸੀ, ਕਿਸ ਤਰ੍ਹਾਂ ਡਿਫਾਈਨ ਕੀਤਾ ਗਿਆ ਸੀ? ਗੁਰੂ ਸਾਹਿਬ ਨੇ ਆਪਣੀ ਆਪ ਮੈਰਿਜ ਕਰਾਈ ਸੀ, ਉਸ ਟਾਈਮ 'ਤੇ ਉਹਨਾਂ ਨੇ ਡਿਫਾਈਨ ਕੀਤਾ ਸੀ ਕਿ ਉਹ ਮੈਰਿਜ ਦੀ ਰਿਸਪੋਂਸੀਬਿਲਿਟੀ ਕੀ ਆ, ਮੈਰਿਜ ਦੀ ਪ੍ਰੋਸੈਸ ਕੀ ਆ, ਉਹ ਮੈਰਿਜ ਹੁੰਦੀ ਕਿਸ ਦੀ ਆ? ਇੱਕ ਔਰਤ ਇੱਕ ਮਰਦ ਜੀ, ਇੱਕ ਲੜਕਾ ਇੱਕ ਲੜਕੀ. ਸੋ ਉਸ ਹਿਸਾਬ ਨਾਲ ਚੱਲਦੇ ਹਾਂ. ਅੰਡਰ ਸਿੱਖਿਜ਼ਮ, ਅੰਡਰ ਦ ਰਿਲੀਜੀਅਸ ਕਨਸੈਪਟ, ਮੇਰੇ ਹਿਸਾਬ ਨਾਲ ਸਾਡੇ ਇਕੱਲੇ ਧਰਮ ਦੇ ਵਿੱਚ ਹੈਗਾ ਜਿਹਦੇ ਵਿੱਚ ਮੈਰਿਜ ਸੈਰੇਮਨੀ ਗੁਰੂਆਂ ਨੇ ਆਪ ਡਿਫਾਈਨ ਕੀਤੀ ਹੋਈ ਹੈ. ਉਸ ਦੇ ਵਿੱਚ ਤਾਂ ਇਹ ਕੋਈ ਹੈ ਨਹੀਂ ਗਾ ਵੀ ਇੱਕ ਲੜਕਾ ਇੱਕ ਲੜਕੇ ਨਾਲ ਵਿਆਹ ਕਰਾ ਲਵੇ, ਲੜਕੀ ਲੜਕੀ ਨਾਲ ਵਿਆਹ ਕਰਾ ਲਵੇ. ਸੋ ਵਾਈ ਇਜ਼ ਦ ਲੀਗਲ? ਆਈ ਅੰਡਰਸਟੈਂਡ ਦ ਲੀਗਲ ਸਾਈਡ, ਬਟ that is not a social structural cultural matter. Inderji ji, those people can live their life how they want. Inderji ji, when they come in define marriage, Inderji ji, agar asi gal kariye, it can this argument that you're making, it
comes as a surprise to come to be coming from a conservative person, a strict constitutionalist, जो ये समझे कि भाई इस कंट्री की जिहड़ी बुनियाद है वो ये कहती है कि भाई दिस कंट्री इज नॉट बेस्ड ऑन क्रिश्चियन प्रिंसिपल्स और एनी रिलीजियस प्रिंसिपल्स. जेफरसन कई जगह उसने किया, मतलब आई डोंट यूज दोज वर्ड्स कि भाई उसने बाइबल से की वर्ड्स यूज किए हैं कि भाई वी आर दिस पॉलिसी इज नॉट इनफॉर्म्ड बाय रिलीजन. तुसी इन दोनों चीज़ों विच इस एल जी बी टी राइट्स विच ही पहले भी जो वॉशरूम वाला राइट से तुसी भावें सिख रिलीजन होए भावें क्रिश्चैनिटी का रिलीजन होए तुसी रिलीजन के बेस उपर पॉलिसी बना रहे हो और इंडिविजुअल दे राइट. हुण क्या तुसी कह रहे हो कि भाई सिर्फ मैरिज की गल है जिथे अपहोल्ड राइट किया जाता है किसी बेकर का कि वह मना कर दे केक देन तू, जिथे किसी इंडिविजुअल नूं किया जाए कि भाई तू कंट्री विच सर्व नहीं कर सकता क्योंकि तू गे है, तू फौजिज नहीं लड़ सकता, दैट इज नॉट जस्ट अबाउट मैरिज. जोतप्रीत जी तुसी की कहना चाहोगे? सो फर्स्ट थिंग आई लाइक टू से इज के आई लव हाउ इंद्रजीत पाजी कॉन्ट्राडिक्ट हिमसेल्फ. जी It's not about Inderjit Paji, it's about conservative thought. I think I believe there's a contradiction on this. Tusi Dasuk, how do you say there's that? They contradict themselves a lot of times. Ji. So first of all, they say, you know, we were talking about the rights of a fetus before. Ji. So Inderjit ji, tonu pura mauka ditta jayega is statement nu defend karan da. I'm sorry. Tusi Dasan ji, Jotpreet ji, ki keh rahe si tusi? So fetus has a right, but the person, but when the same fetus is born ji and turns out to be a gay or a lesbian or something else ji does not have right to get the cake or serve in the armed forces ji or many other things or get married ji. Right, so we take those rights away once as soon as the fetus is born ji. Theek hai ji. Secondly, Inderjit Paji loves giving references to Sikhi. ਜੀ ਬਟ ਲੈਟ ਮੀ ਆਸਕ ਯੂ ਇੰਦਰਜੀਤ ਭਾਜੀ, ਆਪਾਂ ਕਹਿੰਦੇ ਆ ਕਿ ਸਾਡੇ ਗੁਰੂਆਂ ਨੇ ਵਿਆਹ ਡਿਫਾਈਨ ਕੀਤਾ ਨਾ, ਆਈ ਟੋਟਲੀ ਐਗਰੀ ਵਿਦ ਯੂ, ਬਟ ਵੀ ਆਰ ਨਾਟ ਟਾਕਿੰਗ ਅਬਾਊਟ ਸਿੱਖ ਫਿਲਾਸਫੀ, ਸਿੱਖ ਪ੍ਰਿੰਸੀਪਲਸ, ਵੀ ਆਰ ਟਾਕਿੰਗ ਅਬਾਊਟ ਯੂ ਐਸ ਲਾਸ. ਨਾਓ ਵਟ ਹੈਪਨਸ ਇਫ ਟੁਮਾਰੋ ਸਮਬਡੀ ਕਮਸ ਐਂਡ ਸੇਜ਼ ਦੈਟ ਇਨ ਯੂ ਐਸ ਦ ਮੈਰਿਜ ਵਿਲ ਬੀ ਓਨਲੀ ਡਿਫਾਈਨਡ ਔਰ ਓਨਲੀ ਵਿਲ ਬੀ ਵੈਲਿਡ ਇਫ ਇਟ ਟੇਕਸ ਪਲੇਸ ਇਨ ਚਰਚ. Any marriage held in Gurdwara or a temple or a mosque or anywhere else is not valid. We will only accept church marriages because that's what our religion says, and we are in majority in this country and we are going to enforce it. How would you defend that with your Sikhi argument? Now, you said that you don't, other thing you also mentioned is that you don't have any problems with their lifestyle, right? But you don't want them to get married. Why not? I mean, how does that affect your life? How does that affect your family structure? Why do they want to get married? They want to get married so they can have the rights to social security. They can be on same health plan. You know, they can put in two parents on their kids' birth certificates, their adopted kids, or even if they have artificial insemination, you know, if there's a lesbian, they can have inseminations and they can give birth like that. As an individual, they have a right to companionship the way anyone else has. It's not that they are lesser human beings or something. What do you say, Inderjit ji? First of all, Jodhpreet Bhaji ne puchha hai ga. Ji. Marriage as a definition of any particular religion and the government. Go back to the 60s. Ji. That's literally what it was. Okay, jehdi government si ohdi nigah jehdi si oh narrow minded si. England de vich specifically jehde koi Protestant church de vich wedding nahi si hoye jande ohna nu consider nahi si karde. Ohde karan civil marriage ceremony bani hoyi si. ਉਹੀ ਸੈਰੇਮਨੀ ਇੱਥੇ ਵੀ ਬਣੀ ਹੋਈ ਹੈ. ਯੂ ਗੋ ਡਾਊਨ ਟੂ ਦ ਕੋਰਟ, ਯੂ ਗੋ ਡਾਊਨ ਟੂ ਦ ਰਜਿਸਟਰੀ ਆਫਿਸ, ਯੂ ਰਜਿਸਟਰ ਦ ਮੈਰਿਜ. ਦ ਇਸ਼ੂ ਆਫ ਮੈਰਿਜ ਐਸ ਫਾਰ ਐਸ ਰਿਲੀਜਨ ਐਂਡ ਲਾ ਇਸ ਕੰਸਰਨਡ. ਭਾਜੀ ਹੁਣੇ ਕਿਹਾ ਹੈਗਾ ਸੋਸ਼ਲ ਸਿਕਿਉਰਿਟੀ ਔਰ ਇਹ ਔਰ ਹੋਰ ਕੋਈ ਹੈ ਡਾਕੂਮੈਂਟੇਸ਼ਨ ਲਈ. ਗੋ ਬੈਕ ਇਨ ਟਾਈਮ ਟੂ ਵੈਨ ਦ ਲਾ ਡਿਫਾਈਨਡ ਮੈਰਿਜ. ਜਿਹੜੀ ਮੈਰਿਜ ਡੈਫੀਨੇਸ਼ਨ ਹੈਗੀ ਹੈ ਧਾਰਮਿਕ ਤੌਰ 'ਤੇ, ਆਪਣੇ ਕਲਚਰ ਤੌਰ 'ਤੇ, ਆਪਣੀ ਸੋਸਾਇਟੀ ਦੇ ਹਿਸਾਬ ਨਾਲ,
ਚਾਹੇ ਉਹ ਸਿੱਖਿਜ਼ਮ ਆ, ਚਾਹੇ ਉਹ ਇਸਲਾਮ ਆ, ਚਾਹੇ ਉਹ ਕ੍ਰਿਸਚੀਆਨਿਟੀ ਆ, ਚਾਹੇ ਉਹ ਜੁਡੇਇਜ਼ਮ ਆ, ਸਾਰਿਆਂ ਦੇ ਵਿੱਚ ਮੈਰਿਜ ਡਿਫਾਈਨ ਕੀਤੀ ਗਈ ਹੈ ਲਾਅ ਤੇ ਕਈ ਸਦੀਆਂ ਪਹਿਲੇ। ਲਾਅ ਨੇ ਆ ਕੇ ਮੈਰਿਜ ਡੈਫੀਨੇਸ਼ਨ ਕੀਤੀ ਹੈ, ਲਾਅ ਨੇ ਆ ਕੇ ਸਾਰਾ ਡੈਫੀਨੇਸ਼ਨ ਕੀਤਾ। ਸੋ ਐਜ਼ ਅ ਲਾਅ, ਐਜ਼ ਅ ਮੈਟਰ ਆਫ ਦ ਸੋਸਾਇਟੀ, ਐਜ਼ ਅ ਮੈਟਰ ਆਫ ਪੀਪਲ ਇਨ ਦ ਕੰਟਰੀ, ਦੈਟ ਲਾਅ ਇਜ਼ ਦ ਵਨ ਦੈਟਸ ਬੀਂਗ ਕੰਟਰੋਲਿੰਗ ਐਂਡ ਲਿਮਿਟਿੰਗ ਐਵਰੀਬਡੀ। The basic simple thing is, if you take out the requirements for marriage and the requirements for family in the case of social security benefits, in the case of any other benefits, these people won't want to get married. They'll live their lives as they do. They won't want to force their lifestyle onto anybody else. Mm-hmm. The issue is the parades that you're having. Ji Inderji ji, Inderji ji, I beg to be excused, a colored behavior. Ji Inderji ji, ਅਸੀਂ ਇਹ ਗੱਲ ਕੰਟੀਨਿਊ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਦ ਵੇ ਫੋਰਵਰਡ ਇਜ਼ ਤੁਹਾਡਾ ਫਿਰ ਤੋਂ ਸਵਾਗਤ ਹੈ, ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਇੰਦਰਜੀਤ ਜੀ, ਤੁਸੀਂ ਕਹਿ ਰਹੇ ਹੋ ਕਿ ਮੇਨ ਜਿਹੜੀ ਪ੍ਰੋਬਲਮ ਹੈ ਉਹ ਮੈਰਿਜ ਨੂੰ ਲੈ ਕੇ ਹੈਗੀ ਹੈ, ਬਾਕੀ ਇਸ਼ੂਜ਼ ਵਿੱਚ ਪ੍ਰੋਬਲਮ ਨਹੀਂ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹ ਜਿਹੜਾ ਕਰੰਟ ਐਡਮਿਨਿਸਟ੍ਰੇਸ਼ਨ ਨੇ ਟਰਾਂਸਜੈਂਡਰਸ ਦਾ ਬੈਨ ਕੀਤਾ ਹੈ ਆਰਮੀ ਵਿੱਚ ਸਰਵ ਕਰਨਾ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਐਡਮਿਨਿਸਟ੍ਰੇਸ਼ਨ ਨੇ ਬੈਨ ਕੀਤਾ ਹੈਗਾ ਟਰਾਂਸਜੈਂਡਰ ਦਾ ਜੀ, ਔਰ ਪਹਿਲੇ ਕਿਹਾ ਸੀਗਾ ਲਾਸਟ ਐਡਮਿਨਿਸਟ੍ਰੇਸ਼ਨ ਜਿਹੜੀ ਓਬਾਮਾ ਦੀ ਸੀ ਜੀ, ਉਹਨਾਂ ਨੇ ਰਿਲੈਕਸੇਸ਼ਨ ਕੀਤੀ ਸੀ। ਕਲਿੰਟਨ ਨੇ ਵੀ ਪ੍ਰੋਮਿਸ ਕੀਤਾ ਸੀ ਪਰ ਕੀਤਾ ਨਹੀਂ ਹੈ। ਉਹਨਾਂ ਨੇ ਕਲਿੰਟਨ ਨੇ ਡੋਨਟ ਆਸ ਡੋਨਟ ਟੈਲ ਲਿਆ ਜੀ। ਸੋ ਓਬਾਮਾ ਕੇਮ ਐਂਡ ਰਿਲੈਕਸ ਦ ਸਿਚੁਏਸ਼ਨ ਇਨ ਦ ਰਿਕਰੂਟਮੈਂਟ ਐਂਡ ਦ ਐਨਰੋਲਮੈਂਟ ਮਿਲਟਰੀ ਪਰਸਨਲ, ਐਂਡ ਦ ਟਰੰਪ ਐਡਮਿਨਿਸਟ੍ਰੇਸ਼ਨ ਹੈਜ਼ ਕਮ ਇਨ ਐਂਡ ਦੇਵ ਰਿਸਟ੍ਰਿਕਟਡ ਇਟ। ਦ ਰਿਐਲਿਟੀ ਇਜ਼ ਹਾਊ ਮੈਨੀ ਆਫ ਦ ਮੈਂਬਰਸ ਇਨ ਦ ਮਿਲਟਰੀ ਆਰ ਵਿਲਿੰਗ ਟੂ ਸਰਵ ਵਿਦ ਓਪਨਲੀ LGBT community. And I can tell you from experience, because I know people in the military, my own was in there, the answer is openly LGBTQ are not so welcome in the ranks. And those issues that come from there in respect of that is one of the reasons why it was brought back in. There's a lot of political disagreement on it, yes. But the reality is, on the ranks, do they accept it? Let me ask you this. Is that a political disagreement? Is that a religious disagreement? What if you tell me there are lots of white people in the army who don't agree to serve with black people? What would be the argument in that case? Unada bhi band kar diye. I would say 50 years ago, I would agree with you, but I don't agree with you now, because I know two of my own kids. Who one is actively serving, Jee. One just came out as now a weekend warrior, and I know other kids who are friends of my kids and others who are serving there actively, and they are not white. And I have met some of their white serving members. Jee. They are not that way. I'm not going to talk for the majority. I'm not going to turn around and say that's 99%. I do accept and I do agree that is discrimination within certain members, certain individuals. Mm-hmm. There is prejudice out there. And for that argument, I'll say there's prejudice in our community. But beyond that amount, the majority will accept the people who are serving. There is camaraderie. I've spoken out and I've been with Marines. My son was a Marine. My nephew is a Marine. And there's quite a few other Marines I know from the family and outside. There is no discrimination that they feel they've experienced. And if they have, no one has told me. ਜੋਤਪ੍ਰੀਤ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸੋ ਯੂ ਬ੍ਰਾਟ ਅਪ ਦ ਪੁਆਇੰਟ ਕਿ ਬਈ 40-50 ਸਾਲ ਪਹਿਲਾਂ ਦੇ ਵਰ ਨਾਟ ਈਵਨ ਅਲਾਉਇੰਗ ਬਲੈਕਸ ਟੂ ਸਰਵ ਜੀ, ਐਂਡ ਅੰਟਿਲ ਰੀਸੈਂਟਲੀ, ਅੰਟਿਲ ਓਨਲੀ 4-5 ਈਅਰਸ ਅਗੋ, ਅੰਟਿਲ ਓਬਾਮਾ ਐਡਮਿਨਿਸਟ੍ਰੇਸ਼ਨ, ਈਵਨ ਦ ਸਿੱਖਸ ਵਿਦ ਟਰਬਨਸ ਵਰ ਨਾਟ ਅਲਾਉਡ ਟੂ ਸਰਵ ਜੀ। ਹੁਣ ਥੋੜ੍ਹੇ ਦਿਨ ਪਹਿਲਾਂ ਦ ਫਸਟ ਟੂ ਰੀਸੈਂਟਲੀ ਜਿਹੜੇ ਸਰਵ ਕੀਤਾ ਸੀ, ਜਿਨ੍ਹਾਂ ਨੇ, ਵਨ ਇਜ਼ ਲੁਟੈਨੈਂਟ ਕਰਨਲ ਕਲ ਸੀ, ਉਹ ਹਜੇ ਵੀ ਸਰਵ ਕਰ ਰਹੇ ਨੇ ਆਰਮੀ ਦੇ ਵਿੱਚ, ਅਤੇ ਇੱਕ ਸੀ ਰਤਨ, ਮੈਨੂੰ ਉਹਨਾਂ ਦਾ ਰੈਂਕ ਯਾਦ ਨਹੀਂ, ਪਰ ਆਈ ਥਿੰਕ ਹੀ ਇਜ਼ ਮੇਜਰ ਰਤਨ, ਅਤੇ ਉਹ ਆਫ ਦ ਡਿਊਟੀ ਨੇ ਹੁਣ। ਬਟ ਈਵਨ ਇਫ ਯੂ ਲੁੱਕ ਐਟ ਦ ਆਰਮੀ, ਕਿ ਹੁਣ ਕਹਿ ਰਹੇ ਕਿ ਲਾਈਕ ਦੇ ਡੋਂਟ ਵਾਂਟ ਦੈਮ, I can tell you, I have read Facebook comments, social media comments, jide vich active duty members don't want to serve, ke jinna de vich sikhan nu rag heads keh ke refer karde ne, they don't want to serve with them.
जी ठीक है सो दिस थिंग के भाई दे डोंट वांट टू सर्व विद एलजीबीटीक्यू कम्युनिटी सो दैट्स व्हाई इट्स ओके टू कैंसल इट दे डोंट वांट टू सर्व विद सिक्स सो फिर आपां की कहांगे जदों उन्होंने ने साडा भी कैंसल करता ठीक है ना सो इट्स ईजी टू सी के भाई जदों आनू लगदा ना कि इट्स समबडी एल्स ਕਿ ਸਾਡੇ ਵਿੱਚ ਤਾਂ ਐਲ ਜੀ ਪੀ ਟੀ ਕਿਊ ਹੈ ਨਹੀਂ ਸੋ ਇਟਸ ਓਕੇ ਜੇ ਉਹਨਾਂ ਨਾਲ ਧੱਕਾ ਹੁੰਦਾ ਹੈ ਵੀ ਡੋਂਟ ਨੀਡ ਟੂ ਵਰੀ ਅਬਾਊਟ ਇਟ ਬਟ ਰਿਮੈਂਬਰ ਜਿਹੜੇ ਅੱਜ ਉਹਨਾਂ ਨਾਲ ਧੱਕਾ ਕਰ ਰਹੇ ਆ ਜੀ ਉਹ ਕੱਲ੍ਹ ਨੂੰ ਤੁਹਾਡੇ ਨਾਲ ਵੀ ਧੱਕਾ ਕਰਨਗੇ ਜੀ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਹੀ ਹੋਇਆ ਇੰਡੀਆ ਦੇ ਵਿੱਚ ਆਪ ਆਈ ਨੋ ਦਿਸ ਇਜ਼ ਯੂ ਐਸ ਬੇਸਡ ਬਟ ਯੂ ਕੈਨ ਲੁੱਕ ਐਟ ਇੰਡੀਆ ਹਾਓ ਮੈਜੋਰਿਟੀ ਨੇ ਮਾਈਨੋਰਿਟੀਜ਼ ਦੇ ਨਾਲ ਧੱਕਾ ਕੀਤਾ ਵਨ ਆਫਟਰ ਅਦਰ ਮਾਈਨੋਰਿਟੀ ਅਤੇ ਦੈਟਸ ਹਾਓ ਇਟ ਵਰਕਸ ਇਨ other places too the US de vich vi je tusi ek minority na takka hon daoge ta dujiyan minorities de naal vi takka hauli hauli hunda jayega ji ji so we got to stand up for जी. every time something is wrong done towards any minority ji theek hai ji and speak up ji inderji ji main is debate vich although we can deny that it is informed by religion at for lots of people but main ek jehdi tusi gal kahi ki army vich I don't know I'll take further clarification ki what you're saying is ki unna nu is karke na aan ditta jaye because lots of people are not comfortable serving with them I wonder if that is the argument dekho ਕਈ ਧਰਮਾਂ ਵਿੱਚ ਕਈ ਲੋਕ ਇਸ ਤਰ੍ਹਾਂ ਰੀਡ ਕਰਦੇ ਕਿ ਸਾਡੇ ਧਰਮ ਵਿੱਚ ਕਿਹਾ ਗਿਆ ਜੀ ਕਿ ਬਈ ਯੂ ਨੋ ਵੀ ਹੇਅਰ ਦਿਸ ਥਿੰਗ ਗੋਡ ਹੇਟਸ ਫੈਗਸ ਇਸਲਾਮ ਵਿੱਚ ਕਿਹਾ ਗਿਆ ਜੀ ਉਹਨਾਂ ਨੂੰ ਉੱਚਾਈ ਤੋਂ ਜਾ ਕੇ ਸੁੱਟੋ ਔਰ ਅਗਰ ਵੱਜ ਜਾਏ ਤੇ ਉਸਨੂੰ ਪੱਥਰ ਮਾਰੋ ਸਾਡੇ ਧਰਮ ਵਿੱਚ ਤੇ ਸਾਡੇ ਰੱਬ ਨੂੰ ਨਿਰਵੈਰ ਦੱਸਿਆ ਗਿਆ ਉਹ ਕਿਸੇ ਨਾਲ ਵੀ ਉਹਦਾ ਕੋਈ ਇੱਦਾਂ ਦਾ ਵੈਰ ਨਹੀਂ ਹੈਗਾ ਔਰ ਉਸੇ ਦਾ ਬਣਾਇਆ ਅਸੀਂ ਇਹ ਫੀਲ ਕਰਦੇ ਹਾਂ ਤੁਸੀਂ ਅਗਰ ਇਸ ਚੀਜ਼ ਨੂੰ ਸਪੋਰਟ ਕਰਦੇ ਹੋ ਕਿ ਕੋਈ ਬੰਦਾ ਜੋ ਇਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਐਲ ਜੀ ਬੀ ਟੀ ਕਿਊ ਉਸਨੂੰ ਆਰਮੀ ਵਿੱਚ ਜਾਣ ਦਾ ਰਾਈਟ ਨਹੀਂ ਹੋਣਾ ਚਾਹੀਦਾ ਜਾਂ ਜੋ ਕੋਈ ਟਰਾਂਸਜੈਂਡਰ ਹੈ ਤੁਸੀਂ ਇੱਕ ਐਡਮਿਨਿਸਟ੍ਰੇਸ਼ਨ ਦੀ ਇਸ ਪੋਲਿਸੀ ਨੂੰ ਅਗਰ ਡਿਫੈਂਡ ਕਰ ਰਹੇ ਹੋ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਕਿਸ ਵਜ੍ਹਾ ਨਾਲ ਕਿਸ ਵਿਊ ਨਾਲ ਤੁਸੀਂ ਕਹਿ ਰਹੇ ਹੋ ਕਿ ਉਹ ਉਹਨਾਂ ਨੂੰ ਜਾਣ ਦਾ ਹੱਕ ਨਹੀਂ ਹੋਣਾ ਚਾਹੀਦਾ ਓਕੇ ਫਸਟ ਉਹਨਾਂ ਦੇ ਭਰਤੀ ਹੋਣੇ ਦਾ ਹੱਕ ਹੈਗਾ ਕਿ ਨਹੀਂ ਹੈਗਾ I am not arguing that. Ji. As an individual, ਉਹਨਾਂ ਦਾ ਹੱਕ ਹੈਗਾ ਜੀ ਲੇਕਿਨ ਜਿਹੜੀ ਮਿਲਟਰੀ ਔਰ ਫੌਜ ਦਾ ਜਿਹੜਾ ਮਾਹੌਲ ਹੈ ਜਿਹੜਾ ਉਹਦਾ ਸਟਰਕਚਰ ਹੈ ਉਹਦੇ ਵਿੱਚ ਜਿਹੜੀ ਆ ਫਾਈਟਿੰਗ ਫੋਰਸ ਦੀ ਯੂਨਿਟੀ ਆ ਔਰ ਫਾਈਟਿੰਗ ਫੋਰਸ ਜਿਹੜੀ ਇੱਕ ਦੂਸਰੇ ਦੇ ਡਿਪੈਂਡ ਕਰਦੀ ਹੈ ਔਰ ਉਹਨਾਂ ਦੀ ਭਾਈਚਾਰੀ ਕਹਿ ਲਓ ਔਰ ਉਹਨਾਂ ਦਾ ਜਿਹੜਾ ਸੋਸ਼ਲ ਸਟਰਕਚਰ ਹੈਗੇ ਉਹ ਕਹਿ ਲਓ ਜੀ ਉਸ ਦੇ ਅੰਡਰ ਆ ਕੇ ਜੀ ਜਿਹੜੇ ਇਹ ਕਮਿਊਨਿਟੀ ਮੈਂਬਰਸ ਹੈਗੇ ਨੇ ਉਹਨਾਂ ਦੀ ਬੇਸਿਕਲੀ ਜਿਹੜਾ ਗੇ ਹੈ ਉਹਦਾ ਬਿਹੇਵੀਅਰ ਕੀ ਹੈ ਉਹਦੀ ਸਿਚੁਏਸ਼ਨ ਹਾਲਾਤ ਕੀ ਹੈ ਜੀ ਉਹਨਾਂ ਦੇ ਹਿਸਾਬ ਨਾਲ ਜਿਹੜੇ ਮੈਜੋਰਿਟੀ ਐਕਟਿਵ ਸਰਵਿਸ ਮੈਂਬਰਸ ਹੈਗੇ ਨੇ ਜੀ ਉਹ ਆਪਣੇ ਆਪ ਰਲ ਕੇ ਉਹਨਾਂ ਦੇ ਨਾਲ ਉਹ ਟਰਸਟ ਨਹੀਂ ਉਹਨਾਂ ਨੂੰ ਕਰਦੇ ਹੈਗੇ ਔਰ ਉਹ ਟਰਸਟ ਦੇ ਵਿੱਚ ਉਹਨਾਂ ਦੀ ਡਿਫੀਟ ਹੁੰਦੀ ਹੈ ਕਰਕੇ ਫਾਈਟਿੰਗ ਫੋਰਸ ਉਹਨਾਂ ਦੀ ਮਿਸ਼ਨ ਹੈ ਜੰਗ ਲੜਨਾ ਤੇ ਜਿੱਤਣਾ ਪਰ ਉਹ ਟਰਸਟ ਉਹਨਾਂ ਦਾ ਉਸ ਟਾਈਮ ਤੇ ਇਹ ਹੈਗਾ ਵੀ ਇੱਕ ਦੂਜੇ ਦੇ ਮੋਢਿਆਂ ਤੇ ਨਾਲ ਜਾ ਕੇ ਲੜਨਾ ਉਹ ਇਹ ਸਮਝਦੇ ਨੇ ਕਈ ਉਹਨਾਂ ਦੇ ਵਿੱਚੋਂ ਤੇ ਜਿਹੜੀ ਲਾਈਫ ਸਟਾਈਲ ਹੈ ਜਿਹੜੀ ਸਟੇਟਸ ਆ ਇਹ ਵੀਕਨੈਸ ਹੈਗੀ ਆ ਵੀਕਨੈਸ ਹੈਗੀ ਆ ਔਰ ਉਸ ਟਾਈਮ ਤੇ ਉਹਨਾਂ ਦੀ ਟਰਸਟ ਇਸ਼ੂਜ ਆਉਂਦੀ ਹੈ basically in the military the structure kafi transgender bharti ho chuke ne kafi gays ho chuke ne oh apne aap nu ohna asliyat chhapa ke serve karke aa gaye ne baad vich ohna ne apne aap nu declare kita pe assi aa hage assi woh hage that's different but in order to serve they have the eagerness they have the self pride to serve I'm not saying they shouldn't serve what I'm saying is in that situation when a brother depends on a brother and a sister depends on a sister and they're out on the fighting field they need each other's trust and dependency and at that time many of them are saying they lack the trust can I say something thoda ja disagree jo ji main tode wal aanda but main thoda ja disagree tode naal is gal te karna chahanga eh jehde tusi arguments ditte na trust wale aur a brotherhood wale those were the exact arguments which were you know used against social engineering at the times when blacks were integrated with the army same words thoda bhi fark nahi
ਔਰ ਜਿਹੜੀ ਦੂਸਰੀ ਗੱਲ ਤੁਸੀਂ ਕਹੀ ਕਿ ਉਹ ਉਸਦੇ ਵਿੱਚ ਸ਼ਾਮਿਲ ਹੋ ਗਏ, ਯੂ ਨੋ ਜਦ ਡੋਂਟ ਟੈਲ ਡੋਂਟ ਐਸਕ ਆਇਆ ਵੀ ਸੀਗਾ, ਉਸਦੇ ਵਿੱਚ ਰਿਕੁਆਇਰਮੈਂਟ ਇਹ ਸੀ ਕਿ ਤੁਸੀਂ, ਤੁਹਾਨੂੰ ਕੋਈ ਪੁੱਛੇਗਾ ਨਹੀਂ ਕਿ ਇਫ ਯੂ ਗੇ, ਤੁਸੀਂ ਦੱਸਣ ਦੀ ਲੋੜ ਨਹੀਂ, ਬਟ ਇਫ ਯੂ ਬਿਹੇਵ ਇਨ ਅ ਵੇ, ਅਨਨੈਚੁਰਲ ਸੈਕਸ ਇਜ਼ ਸਟਿਲ ਪ੍ਰੋਹਿਬਿਟਡ ਇਨ ਆਰਮੀ, ਇਫ ਯੂ ਬਿਹੇਵ ਇਨ ਅ ਵੇ ਵਿਚ ਇਜ਼ ਨੋਟ ਬਿਕਮਿੰਗ ਆਫ ਯੂ ਨੋ ਐਨ ਆਫਿਸਰ ਔਰ ਅ ਸੋਲਜਰ, ਤੁਸੀਂ ਉਸ ਵਾਸਤੇ ਤੁਹਾਨੂੰ ਫੌਜ 'ਚੋਂ ਕੱਢਿਆ ਜਾਏਗਾ, ਦੇ ਵਿਲ ਬੀ ਨੋ ਐਗਜ਼ੈਂਪਸ਼ਨ ਕਿ ਬਈ ਤੁਸੀਂ ਗਏ ਹੋ ਅਤੇ ਤੁਹਾਨੂੰ ਇਹ ਜਿਹੜਾ ਤੁਹਾਡਾ ਬਿਹੇਵੀਅਰ ਹੈ ਦੈਟ ਇਜ਼ ਪਰਮਿਸਿਬਲ ਔਰ ਦੈਟ ਇਜ਼ ਦ ਵੇ ਯੂ ਆਰ। ਜੋਤਪ੍ਰੀਤ ਜੀ, ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਹੈਗਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਇਕਲੀ? ਸੋ ਹਾਊ ਡਜ਼ ਹੂ ਯੂ ਲਵ ਜੀ affects how do you fire a gun? ji 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 ek kehde ne how can you trust somebody ji right ji who do you love? Basically gays and lesbians, they love the peers, you know, the gays love other men and the lesbians love other females. Inderji ji ji Inderji ji jehdi eh gal keh rahe Jodhpreet ji, oh ek same sex de bande nal pyar karna, love karna, usde alawa bhi koi behavioral differences hunde just because you are a member of this community? Todi honesty, todi discipline, todi physical strength. Physical strength, honesty, everything else, no. But most of the issues are related on the relationship aspect. Gee. If you're serving in there and you're openly gay, mm-hmm. does the other soldier trust you? Do they feel that you're going to move on them? You're talking about who you love. Mm-hmm. How does that affect? Gee. It doesn't affect. Gee. But the thing is, if you start building, trying to build a romantic relationship with one of your fellow soldiers who doesn't want it, does that impact the unity of the force? Gee. So let me ask you another question then here. If you are a straight person and you make a move on another female, and yes. we know many, many females have been raped in the U.S. Army, and many of those yes, have gone unreported, uh-huh. how does that affect the unity? Why is that okay? And Jodhpreet ji, this is not okay, which is not even Jodhpreet ji, I'm not saying that's okay. But the thing is, when you're talking in the Marines or you're so talking in the Army, why don't we ban the situation two different scenarios, and in the case that that's abuse has happened on young women serving in the forces, many have tried to hide it because of their rank and their future aspirations, but that is the same in the corporate world, in the public employment world. When that happens, Inderjeet Singh ji, Jodhpreet ji, overwhelmingly opposed. Jodhpreet ji, ek badi hi important debate hai, is there arguments on both sides, in is this okay nahi hai. We appreciate your lively participation in this debate. Assi edda di debates age leke aande rahange, is issue te vi hor gal karange, hali hor issues hain jinna vich differences hage political ideologies te. E program vekhan layi toda bahut bahut shukriya. Agle hafte assi ek issue leke hor aange, tusi vekhde raho the way forward.